ਕੋਜੇ ਨੇ ਬਗਲਾ ਤੇ ਹੰਸ ਗਿਆਨੀ ਜੀ ਨੇ ਦੱਸਿਆ ਕਿ ਦੋਨੋਂ ਚਿੱਟੇ ਨੇ, ਦੋਨਾਂ ਦੇ ਖੰਭ ਇੱਕੋ ਜਿਹੇ ਨੇ, ਲੇਕਿਨ ਬਗਲਾ ਜਦੋਂ ਉੱਡ ਕੇ ਜਾਂਦਾ ਤੇ ਛੱਪੜ ਦੇ ਕਿਨਾਰੇ ਤੇ ਜਾਂਦਾ, ਹੰਸ ਜਦੋਂ ਉੱਡ ਕੇ ਜਾਂਦਾ ਤੇ ਲੰਬੀ ਉਡਾਰੀ ਲਾ ਕੇ ਮਾਨ ਸਰੋਵਰ ਕੋਲ ਜਾਂਦਾ, ਤੇ ਦਾਸ ਵਿਚਾਰ ਕਰ ਰਿਹਾ ਸੀ ਕਿ ਜਿਹੜੇ ਹੰਸ ਨੇ ਉਹ ਘਰੋਂ ਉਡਾਰੀ ਮਾਰ ਕੇ ਇਸ ਸੰਗਤ ਰੂਪੀ ਮਾਨ ਸਰੋਵਰ ਵਿੱਚ ਆ ਕੇ ਬੈਠ ਗਏ ਨੇ, ਤੇ ਜਿਹੜੇ ਬਗਲੇ ਦੀ ਨਿਆਈ ਨੇ ਉਹ ਉਡਾਰੀ ਮਾਰ ਕੇ ਕਿਸੇ ਛੱਪੜ ਦੇ ਕਿਨਾਰੇ ਤੇ ਡੱਡੀਆਂ ਮੱਛੀਆਂ ਖਾ ਰਹੇ ਹੋਣਗੇ, ਕਿਉਂਕਿ ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾ ਭਾਲਣ ਜਾਏ ਵਡਭਾਗੇ ਹਾਂ, ਗੁਰੂ ਕੀ ਸੰਗਤ ਨਸੀਬ ਹੋਈ ਹੈ, ਗੁਰਬਾਣੀ ਰੂਪੀ ਹੀਰੇ ਮੋਤੀ ਚੁਗ ਰਹੇ ਹਾਂ, ਕਿਉਂਕਿ ਹੰਸਾਂ ਦੀ ਖੁਰਾਕ ਹੀ ਹੀਰੇ ਹੈ ਤੇ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਦੇ ਮੁਤਾਬਕ ਹੰਸ ਦੀ ਨਿਆਈ ਹੈ। ਸੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਬਹੁਤ ਬਹੁਤ ਧੰਨਵਾਦ ਗਿਆਨੀ ਦਲਜੀਤ ਸਿੰਘ ਜੀ ਦਾ, ਅਮਰੀਕਾ ਵਾਲਿਆਂ ਦਾ, ਜਿਨ੍ਹਾਂ ਨੇ ਬੜੇ ਮਹਾਨ ਵਿਚਾਰਾਂ ਤੋਂ ਸਾਨੂੰ ਜਾਣੂ ਕਰਵਾਇਆ ਕਿ ਕਿਵੇਂ ਸਿੱਖੀ ਦੇ ਭੇਸ ਦੇ ਵਿੱਚ, ਧਾਰਮਿਕ ਬਾਣੇ ਦੇ ਵਿੱਚ ਵੀ ਕੁਝ ਪਖੰਡੀ ਸਾਧ ਨੇ, ਤੇ ਪਰ ਕੁਝ ਐਸੇ ਲੋਕ ਵੀ ਨੇ ਜਿਹੜੇ ਬ੍ਰਹਮ ਗਿਆਨੀਆਂ ਦੀ, ਜਿਹੜੇ ਕਮਾਈ ਵਾਲੇ ਨਾਮ ਵਾਲੇ ਨਾਮ ਬਾਣੀ ਪੜ੍ਹਨ ਤੇ ਪੜ੍ਹਾਉਣ ਵਾਲੀਆਂ ਸ਼ਖਸੀਅਤਾਂ ਦੀ ਨਿੰਦਿਆ ਕਰਦੇ ਨੇ। ਨਿੰਦੋ ਨਿੰਦੋ ਲੋਕ ਮੋਹੇ ਕੋ ਨਿੰਦੋ, ਨਿੰਦਾ ਹਮਰੀ ਪ੍ਰੇਮ ਪਿਆਰ। ਨਿੰਦਿਆ ਦੇ ਬਾਰੇ ਗੁਰਬਾਣੀ ਦਾ ਕਨਸੈਪਟ ਇਹ ਹੈ, ਇੱਕ ਸ਼ਰਤ ਹੈ, ਅਗਰ ਉਹ ਸ਼ਰਤ ਪੂਰੀ ਕਰਦੇ ਹਾਂ ਤੇ ਸਾਡੀ ਨਿੰਦਿਆ ਦਾ ਸਾਨੂੰ ਕੋਈ ਪਰਵਾਹ ਨਹੀਂ ਹੋਣੀ ਚਾਹੀਦੀ। ਉਹ ਸ਼ਰਤ ਇਹ ਹੈ, ਹਿਰਦੈ ਸ਼ੁੱਧ ਜੋ ਨਿੰਦਾ ਹੋਏ ਹਮਰੇ ਕੱਪੜੇ, ਨਿੰਦਕ ਧੋਏ। ਅਗਰ ਇਹ ਮੇਰਾ ਹਿਰਦਾ ਸ਼ੁੱਧ ਹੈ ਤੇ ਮੇਰੀ ਨਿੰਦਿਆ ਹੋ ਰਹੀ ਹੈ ਤੇ ਮੇਰੀ ਉਹ ਨਿੰਦਿਆ ਕਰਨ ਵਾਲਾ ਮੇਰੇ ਗੰਦੇ ਕੱਪੜੇ ਧੋ ਰਿਹਾ, ਪਰ ਅਗਰ ਮੇਰੀਆਂ ਕਰਤੂਤਾਂ ਹੀ ਮਾੜੀਆਂ ਤੇ ਮੇਰੀਆਂ ਮਾੜੀਆਂ ਕਰਤੂਤਾਂ ਬਾਰੇ ਕੋਈ ਵਿਚਾਰ ਹੋ ਰਹੀ ਹੈ, ਮੇਰੀ ਅਸਲੀਅਤ ਲੋਕਾਂ ਨੂੰ ਦੱਸੀ ਜਾ ਰਹੀ ਹੈ ਤੇ ਉਹ ਮੇਰੀ ਨਿੰਦਿਆ ਨਹੀਂ, ਉਹ ਤੇ ਸੰਗਤਾਂ ਨੂੰ ਅਵੇਅਰ ਕੀਤਾ ਜਾ ਰਿਹਾ, ਉਹ ਤੇ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਵਾਲੀ ਗੱਲ ਦੱਸੀ ਜਾ ਰਹੀ ਹੈ, ਪਰ ਜਿਹੜੇ ਨਿੰਦਾ ਭਲੀ ਕਿਸੇ ਕੀ ਨਾ ਹੀ, ਨਿੰਦਾ ਭਲੀ ਕਿਸੇ ਕੀ ਨਾ ਹੀ, ਮਨਮੁੱਖ ਮੁਗਧ ਕਰਨ, ਸਤਿਗੁਰੂ ਕਿਰਪਾ ਕਰੇ ਸਾਨੂੰ ਉਹਨਾਂ ਮਨਮੁੱਖਾਂ ਦੀ ਸ਼੍ਰੇਣੀ ਦੇ ਵਿੱਚ, ਉਹਨਾਂ ਮਨਮੁੱਖਾਂ ਦੀ ਲਾਈਨ ਵਿੱਚ ਸਤਿਗੁਰੂ ਕਿਤੇ ਨਾ ਖੜੇ ਕਰ ਦੇਣ ਕਿ ਅਸੀਂ ਨਾਮ ਬਾਣੀ ਜਪਣ ਤੇ ਜਪਾਉਣ ਵਾਲੇ ਮਹਾਂਪੁਰਸ਼ਾਂ ਦੀ ਕਿਤੇ ਨਿੰਦਿਆ ਕਰ ਬੈਠੀਏ। ਸੋ ਹੁਣ ਮੈਂ ਬੇਨਤੀ ਕਰਾਂਗਾ, ਸਟੇਜ 'ਤੇ ਬਿਰਾਜਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲੇ, ਜਿਹੜੇ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਵਰਸਾਏ ਹੋਏ ਨੇ। ਜਿਵੇਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਿੱਖ ਕੌਮ ਦੇ ਵਿੱਚ ਬੜੀ ਮਹਾਨ ਸੇਵਾ ਸਤਿਗੁਰਾਂ ਨੇ ਇਹਨਾਂ ਦੇ ਲੇਖੇ ਲਾਈ ਹੈ, ਬੱਚਿਆਂ ਨੂੰ ਗੁਰਬਾਣੀ ਦੀ ਵਿੱਦਿਆ ਪੜਾਉਣੀ, ਸੰਗਤ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਨਾ। ਮੈਂ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਜੀ ਨੂੰ ਬੇਨਤੀ ਕਰੂੰਗਾ ਕਿ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸਨਮਾਨ ਪ੍ਰਾਪਤ ਕਰਨਾ। ਸੰਤ ਬਾਬਾ ਬਲਦੇਵ ਸਿੰਘ ਜੀ ਨੂੰ ਸਨਮਾਨਿਤ ਕਰਨਗੇ ਗਿਆਨੀ ਦਲਜੀਤ ਸਿੰਘ ਜੀ ਅਮਰੀਕਾ ਵਾਲੇ, ਸਿਰੋਂ ਪਾਉਣ ਦੀ ਬਖਸ਼ਿਸ਼ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਗਿਆਨੀ ਦਲਜੀਤ ਸਿੰਘ ਜੀ ਅਮਰੀਕਾ ਵਾਲੇ ਸਨਮਾਨਿਤ ਕਰਨਗੇ। ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲਿਆਂ ਜੀ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਸਨਮਾਨ ਲੈਣ ਵਾਸਤੇ ਹਾਜ਼ਰ ਹੋ ਜਾਣ ਜੀ। ਮੈਂ ਬੇਨਤੀ ਕਰਾਂ ਕਿ ਬੱਚੇ ਜੋ ਲਾਗੇ ਸ਼ੋਰ ਮਚਾ ਰਹੇ ਨੇ, ਭੈਣਾਂ ਥੋੜ੍ਹਾ ਜਿਹਾ ਕੰਟਰੋਲ ਕਰਨ ਬੱਚਿਆਂ ਨੂੰ, ਤਾਂ ਕਿ ਗੁਰੂ ਦੀ ਹਰਜੂਦੀ ਵਿੱਚ ਗੁਰਬਾਣੀ ਸਰਵਣ ਕਰਨ ਦਾ ਆਨੰਦ ਆ ਜਾਵੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਸਿੱਖ ਕੌਮ ਦੇ ਮਹਾਨ ਕਥਾਵਾਚਕ, ਜਿਨ੍ਹਾਂ ਨੇ ਸਿੱਖ ਕੌਮ ਦੇ ਵਿੱਚ ਆਪਣਾ ਬੜਾ ਨਾਮ ਬਣਾਇਆ, ਦਮਦਮੀ ਟਕਸਾਲ ਦੇ ਵਿਦਿਆਰਥੀ, ਦਮਦਮੀ ਟਕਸਾਲ ਦੇ ਕਥਾਵਾਚਕ, ਜੋ ਕਿ ਅੱਜ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 350 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਦਮਦਮੀ ਟਕਸਾਲ ਈਸਟ ਲੰਡਨ ਅਤੇ ਆਸਟ੍ਰੇਲੀਆ ਵੱਲੋਂ ਇਹ ਜੋ ਪੋਲੈਂਡ ਦੀ ਧਰਤੀ ਦੇ ਉੱਤੇ 3 ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ, ਇਸ ਸਮਾਗਮ ਨੂੰ ਕਵਰ ਕਰਨ ਵਾਸਤੇ ਸੇਵਾ ਕਰ ਰਹੇ ਨੇ ਅਕਾਲ ਚੱਲਣ ਵਾਲੇ ਵੀਰ, ਅਸੀਂ ਸਮੂਹ ਸੰਗਤਾਂ ਵੱਲੋਂ ਅਤੇ ਦਮਦਮੀ ਟਕਸਾਲ ਈਸਟ ਲੰਡਨ ਅਤੇ ਅਮਰੀਕਾ ਵੱਲੋਂ ਅਕਾਲ ਚੱਲਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਕਿ ਇਸ ਵੇਲੇ ਇਸ ਧਾਰਮਿਕ ਸਮਾਗਮ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਾਈਵ ਟੈਲੀਕਾਸਟ ਕਰ ਰਹੇ ਨੇ। ਅਮੈਰੀਕਾ, UK, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਦੇ ਵਿੱਚ ਲਾਈਵ ਸੰਗਤਾਂ ਇਸ ਗੁਰਮਤਿ ਸਮਾਗਮ ਨੂੰ ਇਸ ਵੇਲੇ ਆਪਣੇ ਘਰਾਂ ਵਿੱਚ ਬੈਠ ਕੇ ਟੈਲੀਵਿਜ਼ਨ ਰਾਹੀਂ ਆਨੰਦ ਮਾ ਰਹੀਆਂ ਨੇ। ਇਸ ਸਮਾਗਮ ਦਾ ਬਹੁਤ ਬਹੁਤ ਧੰਨਵਾਦ ਅਕਾਲ ਚੱਲਣ ਅਤੇ ਉਹਨਾਂ ਦੀ ਸਾਰੀ ਟੀਮ ਦਾ। ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਬਲਬੀਰ ਸਿੰਘ ਜੀ ਦਮਦਮੀ ਟਕਸਾਲ UK ਵਾਲੇ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਤਿਹਾਸ, ਜੀਵਨੀ
ਤੇ ਸਾਨੂੰ ਸਾਡੇ ਵਾਸਤੇ ਕੀ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੇ। ਮੈਂ ਬੇਨਤੀ ਕਰਾਂ ਗਿਆਨੀ ਬਲਬੀਰ ਸਿੰਘ ਜੀ ਦਮਦਮੀ ਟਕਸਾਲ ਯੂਕੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰ ਗੋਬਿੰਦ ਸਿੰਘ ਹੱਕ ਰਾਹ ਗੰਜੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜ਼ ਨੂਰ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ ਸਾਹਿਬ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਹੱਕ ਰਾਗ ਗੰਜੂਰ ਗੁਰ ਗੋਬਿੰਦ ਸਿੰਘ ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ ਵ੍ਰਹਿ ਪ੍ਰਗਟਿਓ ਮਰਦੇ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਸ ਸਾਸ ਹਮ ਭੁੱਲਣ ਹਾਰੇ ਤੁਮ ਸਮਰੱਥ ਅਗਣਿਤ ਅਪਾਰੇ ਸਰਣ ਪਰੇ ਕੀ ਰਾਖ ਦਇਆਲਾ ਨਾਨਕ ਤੁਮਰੇ ਬਾਲ ਗੋਪਾਲਾ ਸਰਣ ਪਰੇ ਕੀ ਰਾਖ ਦਇਆਲਾ ਨਾਨਕ ਤੁਮਰੇ ਬਾਲ ਗੋਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਧਰਤੀ ਨੂੰ ਧੀਰਜ ਦੇ ਉਣਹਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰ ਸੱਜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਇਸ ਪਾਵਨ ਪਵਿੱਤਰ ਧਰਤੀ ਤੇ ਜਿਸ ਧਰਤੀ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਨਮ ਹੋਇਆ ਇਹ ਉਹਨਾਂ ਦਾ ਸਾਧ ਸੰਗਤ ਜੀ ਜਨਮ ਨਗਰ ਹੈ। ਇਸ ਨਗਰ ਵਿੱਚ ਚੱਲ ਰਹੇ ਇਸ ਗੁਰਮਤਿ ਦੇ ਸਮਾਗਮ ਵਿੱਚ ਆਪ ਗੁਰਮੁਖ ਜਨਾਂ ਨੇ ਹਾਜ਼ਰੀ ਭਰੀ। ਇਹ ਸਮਾਗਮ ਦਮਦਮੀ ਟਕਸਾਲ ਵੱਲੋਂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਆਗਮਨ ਪੁਰਬ ਦੀ ਖੁਸ਼ੀ ਵਿੱਚ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਇਸੇ ਤਰ੍ਹਾਂ ਦਮਦਮੀ ਟਕਸਾਲ ਦੇ ਸਾਰੇ ਮੁਖੀ ਗੁਰਮੁਖ ਜਨ ਸੰਤ ਮਹਾਤਮਾ ਮਹਾਂਪਰਉਪਕਾਰੀ ਉਹਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਸਤਿ ਸੰਗਤ ਜੀ ਸਮਾਗਮ ਹੋ ਰਹੇ ਨੇ ਜਿਸ ਵਿੱਚ ਆਪ ਵਡਭਾਗੀ ਜਨਾਂ ਨੇ ਹਾਜ਼ਰੀ ਭਰੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਜੀ ਦੇ ਰਾਗੀ ਜਥੇ ਤੋਂ ਉਹਨਾਂ ਦੀ ਰਸ ਭਿੰਨੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਪ ਵਡਭਾਗੀ ਜਨਾਂ ਨੇ ਸਰਵਣ ਕਰਕੇ ਆਪਣੇ ਸਵਾਦ ਸਫਲੇ ਕੀਤੇ। ਉਪਰੰਤ ਬਹੁਤ ਸਤਿਕਾਰਯੋਗ ਭਾਈ ਦਲਜੀਤ ਸਿੰਘ ਜੀ USA ਵਾਲੇ ਦਮਦਮੀ ਟਕਸਾਲ ਦੇ ਵਿਦਿਆਰਥੀ ਗਿਆਨੀ ਸਿੰਘ ਜੀ ਉਹਨਾਂ ਨੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸੁਣਾ ਕੇ ਆਪਣਾ ਤੇ ਆਪ ਜੀ ਦਾ ਸਮਾਂ ਸਫਲਾ ਕੀਤਾ ਹੈ। ਕੁਝ ਕੁ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਲਗੀਧਰ ਪਾਤਸ਼ਾਹ ਜੀ ਦੀ ਆਪਾਂ ਸੋਭਾ ਕਰਨੀ ਵਡਿਆਈ ਕਰਨੀ ਹੈ। ਇਸ ਸਮਾਗਮ ਵਿੱਚ ਸਾਧ ਸੰਗਤ ਜੀ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਤੋਂ ਵਰਸ ਹੋਏ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਜੀ ਦੇ ਅਸਥਾਨ ਤੇ ਸਾਧ ਸੰਗਤ ਜੀ ਉਹ ਮੋਗੇ ਕੋਲੇ ਸੇਵਾ ਕਰਵਾ ਰਹੇ ਨੇ। ਮੈਂ ਤਹਿ ਦਿਲੋਂ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਕਿੰਨੀ ਦੂਰੋਂ ਆਣ ਕੇ ਸਾਧ ਸੰਗਤ ਜੀ ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕੀਤੇ ਨੇ।
बहुत बहुत उन्होंने धन्यवाद है। उन्होंने सवेरे फिर बहुत बिजी ने, वो फिर बच्चों बहुत विद्यार्थी उन्होंने को पढ़ते हैं, बहुत सुंदर स्थान उत्थे बनया होया है, ज्योति स्वरूप गुरद्वारा साहब का सत्संग जी नाम है। मोगे को मोगे तो फिरोजपुर जाइए उपर वह नगर है जोगेवाल, उत्थे महापुरश सेवा करवाते हैं इस वे स्टेज पर सुशोभित ने। लफजा नाल मैं सत्संग जी बहुता नहीं कह सकता, बस उन्हों का धन्यवाद करदा जी आया आखदा हाँ। उस सुशोभित ने बहुत उच्च कोटि के रागी ढाडी विद्वान गुरमुख प्यारे आप जी दे ये तीन दिन दर्शन करनगे, जिन्हां विच संत बाबा अवतार सिंह जी बदनी कलां, संत ज्ञानी गुरबचन सिंह जी खालसा महापुरशां दे पोतरे वह भी कल नूं आउणगे जी। इस तरह बाबा सुरजीत सिंह जी सोधी जी जिन्हां ने बहुत महापुरशां दे दर्शन किए ने, बहुत विद्यार्थियों नूं लधाई के नगर साहब सिंह जी वो इस वेले पढ़ा रहे ने अमेरिका तो, वह कल आए ने ते असीं उन्हां नूं बेनती की, उन्हां कहा जी चलो शरीर तो भावें थक्या होया फिर भी असीं जरूर आवांगे, वह आउणगे। ढाडी लखविंदर सिंह जी सोल आप जी के दर्शन अज करनगे संगतां दे। इस तरह गुलाम हैदर कादरी जी मलेरकोटले वाले वह भी आउणगे अगले दो दिनों विच। भाई बलदेव सिंह जी वडाला हजूरी रागी सचखंड श्री हरिमंदर साहब वाले आप जी के दर्शन करनगे। भाई दलबाग सिंह जी गुरमुख प्यारे आप जी के इलाके में कथा की सेवा कर रहे हैं, वह भी आप जी के दर्शन करनगे। भाई गुरमेज सिंह जी दमदम टकसाल वाले करनाल तो साध संघ जी आए हैं, हुणे थोड़ी देर पहला पहुंचे ने, उन्होंने भी आप जी के दर्शन करने हैं। इस तरह हजूरी जथे होर भी आप जी के दर्शन करनगे। अवतार सिंह तारी जिहड़े बहुत सोहनी कविशरी करते हैं, उन्होंने भी आप जी के दर्शन करने, कहण तो भाव बहुत उच्च कोटि के विद्वान आउणगे जिन्हां नूं आपां अपने नगर में बैठे सुन के आनंद माणांगे। सोभा अकाल पुरख वाहिगुरु जी की होवेगी, वड्याई गुरु ग्रंथ साहब महाराज जी की है, आपां सुन के साथ संगी प्राप्त लाहे ही करने हैं। हजूर दे बचन ने उस्तत करो सदा प्रभ अपने जिन पूरी काल राखी। अकाल पुरख वाहिगुरु जी की उस्तत करनी, सोभा करनी, यह सतसंगत करन दा श्रेष्ठ समा आपां नूं प्राप्त होया। ड्यूटी दास दी लगा दित्ती है गुरमुखां ने बई कलगीधर पातशाह जी का, क्योंकि आप 350 साल अवतार पुरब मना रहे हैं, उन्होंने जीवन की बाबत कुछ विचारा करनिया ने, पर वह मैं 2 मिनट ठहर के शुरू करांगा। भाई दलजीत सिंह जी एक बचन करते पे सन, क्योंकि जमाने की साध संगत जो अजकल हवा है, जिस तरह का खुशक जमाना चलता पाया, नाम रसियां की निंदा करनी, रब के प्यारियां नूं साध संगत जी निंदना, बाकी कुछ संगियां का संग करना, यह शुरू तो चलता आया, पर हुण थोड़ा जिहा काम तेज हो गया, थोड़े जिहे शंके मनां विच वध गए ने। कुदरती कईयां दा सुभाव दा संतां नाल वैर कमावंदे, दुष्टां नाल मोह प्यार, संतां नाल पुज के वैर करना ते दुष्टां नाल साध संगत जी उन्हां दी उठणी बैठणी हुंदी है। जिहे कर कथा होत हर संतन इक निमख ना कीनो मैं फेरा, लंपड़ चोर दूत मतवारे तिन संग सदा बसेरा, महाराज दे वचन ने। कहिंदे जिथे हरी दी कथा हुंदी होवे, जिथे अकाल पुरख वाहिगुरु दी सोभा उन्हां दे गुणां दी चर्चा चलदी होवे, उत्थे तां मैं कदे फेरा मारन वास्ते वी नहीं गया। गुरमुखो मेरी यारी मेरी दोस्ती मेरा उठना बैठना मेरी संगत उन्हां नाल है जिहड़े साध संगत जी रब दे दरों दरकार दिते गए ने। कुछ लोगों के संस्कार ऐसे होंदे है, पर मैं उन्हां नूं साध संगत जी फिर भी उन्हां दा धन्नवाद ही करांगा, आप वर्गे गुरमुखां दा जिहड़े फिर भी महाराज की हजूरी च बैठ के इस खुशक समय में भी अकाल पुरख वाहिगुरु की सोभा सुनते पए है। वह कहिंदे सी उन्हें एक जिक्र किया, क्योंकि बाबा दीप सिंह जी का नगर है, इस पवित्र धरती से उन्हों का साध संगत जी जन्म होया, इस माझे की धरती तो जाके उन्होंने कलगीधर पातशाह जी दी बख्शां प्राप्त कीतियां, उस नगर में आप बैठे हैं तो थोड़ा जिक्र करके गए सन। लोग तो यह भी कहिंदे ने बाबा दीप सिंह जी का शीस नहीं सी जी लथा, उन्होंने माड़ा जिहा टक लगा सी ते आथरा आसरा दे के वह चले आउंदे सन, कहण नूं तां जो मर्जी कोई आखी जाएगा। पर ज्ञानी ज्ञान सिंह जी ने कुछ बचन लिखे ने, वह कहिंदे ने जदों इत्थे चब्बे दे मैदान विच लोहे ते लोहा खड़किया सी, जदों हरिमंदर साहब की पवित्रता वास्ते बाबा दीप सिंह जी जथा लैके आए सन हरिमंदर साहब नूं उन्हां दुष्टां तों आजाद करवाउण वास्ते, तैमूर शाह ने अपने पिता की हार का बदला लैण वास्ते साध संगत जी जिहड़ा हरिमंदर साहब नूं पूरन दी जहान खान की ड्यूटी लगाई सी, उन्हां नूं हरिमंदर साहब दीआं पवित्र परिक्रमा विचों बाहर करन वास्ते बाबा दीप सिंह जी जदों खंडा चुके साध संगत जी 75 साल की करीब उम्र दे विच उह इत्थे आए सन, जदों टाकरा होया ते कहिंदे 28 साल का नौजवान पठान सी जिन्हें बाबा दीप सिंह जी का रस्ता रोकिया सी, उन्हें आखिया सी मैं बुढ़िया जरनैला मैं तेरे अगे खड़ा 5000 बंदा लैके 20000 दे नाल मुकाबला करन आ गया, मैं तेनू धन कहना। बाबा दीप सिंह ने आख्या मैनू धन कहन की लोड़ नहीं पुत्रा, मैं तैनू ते तेरी माता नू धन कहना जिन्हें बाबे दीप सिंह का रस्ता रोकया सामने आण के, हुण पता लगेगा कौन किनू मारदा ते कौन रोक सकदा है। मैं तेनू क्योंकि
ਜਿਹੜਾ ਸੂਰਮਾ ਸਾਹ ਸੰਗੀ ਉਹ ਸੂਰਮੇ ਦੀ ਕਦਰ ਕਰਦਾ। ਬਾਬਾ ਦੀਪ ਸਿੰਘ ਨੇ ਆਖਿਆ ਸੀ ਮੈਂ ਸ਼ਾਬਾਸ਼ ਦਿੰਦਾ ਤੈਨੂੰ ਜਿਹੜਾ ਮੇਰੇ ਸਾਹਮਣੇ ਆਣ ਕੇ ਖੜਾ ਹੋਇਆ। ਤੇ ਫਿਰ ਸਾਧ ਸੰਗਤ ਜੀ ਉੱਥੇ ਲਹੂ ਡੋਲਵੀਂ ਲੜਾਈ ਸ਼ੁਰੂ ਹੋਈ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਉਹ ਕਹਿੰਦੇ ਚੱਲੀ ਤੇਗ ਅਤ ਬੇਗ ਸਿਓ ਦੋ ਕੇਰ ਵੱਲ ਧਾਰ, ਉਤਰ ਗਏ ਸਿਰ ਦੋਨੋਂ ਕੇ ਪਰਸਪਰੇ ਇੱਕ ਸਾਰ। ਏਡੀ ਤੇਜ਼ੀ ਨਾਲ ਦੋਵਾਂ ਪਾਸਿਆਂ ਤੋਂ ਵਾਰ ਹੋਇਆ, ਦੋਨਾਂ ਦੇ ਸਿਰ ਉਤਰ ਕੇ ਧਰਤੀ ਤੇ ਡਿੱਗ ਪਏ ਸਨ। ਗਿਆਨੀ ਗਿਆਨ ਸਿੰਘ ਜੀ ਲਿਖਦੇ ਪਏ ਨੇ, ਫਿਰ ਕਹਿੰਦੇ ਢਿੱਗ ਤੇ ਪਿੱਖ ਇੱਕ ਸਿੱਖ ਨੇ ਕਹਿਓ, ਪ੍ਰਣ ਤੁਹਾਰਾ ਦੀਪ ਸਿੰਘ ਰਹਿਓ, ਕਿਉਂਕਿ ਅਰਦਾਸ ਕਰਕੇ ਤੁਰੇ ਸਨ ਬਾਬਾ ਦੀਪ ਸਿੰਘ ਜੀ। ਕਰਦਾਸਾ ਤੁਰ ਪਏ ਸਿੰਘ ਜੀ ਫਤਿਹ ਗਜਾਏ, ਸੀਸ ਦਾ ਸਿਰ ਦੇਵੇਂਗੇ। ਉਹਨਾਂ ਨੇ ਅਰਦਾਸ ਕੀਤੀ ਸੀ ਮੈਂ ਆਪਣਾ ਸੀਸ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਦੇਵਾਂਗਾ, ਮਹਾਰਾਜ ਤੁਸੀਂ ਮੇਰੀ ਅਰਦਾਸ ਦੀ ਲਾਜਪਤ ਰੱਖਣੀ ਹੈ। ਤੇ ਕੋਲ ਖਲੋਤੇ ਸਿੰਘ ਨੇ ਆਖਿਆ ਸੀ ਭਈ ਜਥੇਦਾਰ ਜੀ, ਤੁਸੀਂ ਅਰਦਾਸ ਕਰਕੇ ਤੁਰੇ ਸੀ ਤਰਨ ਤਾਰਨ ਦੀਆਂ ਪ੍ਰਕਰਮਾਂ ਤੋਂ, ਮੈਂ ਹਰਿਮੰਦਰ ਸਾਹਿਬ ਆਜ਼ਾਦ ਕਰਵਾ ਕੇ ਆਪਣਾ ਸੀਸ ਲੇਖੇ ਵਿੱਚ ਲਾਵਾਂਗਾ, ਮੈਨੂੰ ਮੌਤ ਦਾ ਡਰ ਕੋਈ ਨਹੀਂ, ਪਰ ਦੁਸ਼ਟਾਂ ਤੋਂ ਹਰਿਮੰਦਰ ਸਾਹਿਬ ਜ਼ਰੂਰ ਮੈਂ ਆਜ਼ਾਦ ਕਰਵਾਵਾਂਗਾ। ਤੇ ਅਜੇ ਤੇ ਉਹ ਜਗ੍ਹਾ ਇੱਥੋਂ 2 ਕੋਹ ਤੋਂ ਵੱਧ ਦੂਰ ਹੈ, ਤੇ ਤੁਹਾਡਾ ਸਰੀਰ ਇੱਥੇ ਠੰਡਾ ਹੋ ਗਿਆ, ਸੀਸ ਧਰ ਤੋਂ ਵੱਖਰਾ ਹੋ ਗਿਆ, ਗੁਰਪੁਰੀ ਜਾਏ ਸੀਸ ਮੈਂ ਦਿਉ, 100 ਤੋਂ 2 ਕੋਹ ਇਸ ਠਿਓ। ਕੋਲ ਖੜੇ ਸਿੰਘ ਨੇ ਆਖਿਆ ਤੁਸੀਂ ਆਖਿਆ ਸੀ ਗੁਰਪੁਰੀ ਜਾ ਕੇ ਆਪਣਾ ਸੀਸ ਦੇਵਾਂਗਾ, 2 ਕੋਹ ਇਸ ਥਾਂ ਤੋਂ ਅਜੇ ਬਾਬਾ ਦੀਪ ਸਿੰਘ ਜੀ ਉਹ ਜਗ੍ਹਾ ਰਹਿੰਦੀ ਹਰਿਮੰਦਰ ਸਾਹਿਬ ਵਾਲੀ, ਤੇ ਹੁਣ ਕੀ ਬਣੇਗਾ, ਕਿਉਂਕਿ ਜਥਾ ਜਥੇਦਾਰ ਨਾਲ ਹੁੰਦਾ, ਜੇ ਜਥੇਦਾਰ ਸ਼ਹੀਦ ਹੋ ਗਿਆ ਤੇ ਬਾਕੀ ਜਥੇ ਦਾ ਕੀ ਬਣਨਾ। ਕਹਿੰਦੇ ਢਿੱਗ ਤੇ ਪਿੱਖ ਇੱਕ ਸਿੱਖ ਨੇ ਕਹਿਓ, ਪ੍ਰਣ ਤੁਹਾਰਾ ਦੀਪ ਸਿੰਘ ਰਹਿਓ, ਸੁਣ ਸਿੱਖ ਤੇ ਨਿਜ ਪ੍ਰਣ ਸੰਭਾਰਾ, ਨਿਜ ਸਿਰ ਬਾਮ ਹਾਥ ਨਿਜ ਤਾਰਾ, ਬਾਮ ਹੁੰਦਾ ਖੱਬਾ। ਕਹਿੰਦੇ ਸੁਣ ਕੇ ਬਾਬਾ ਦੀਪ ਸਿੰਘ ਜੀ ਦੇ ਸਰੀਰ ਵਿੱਚ ਹਰਕਤ ਹੋਈ, ਉਹਨਾਂ ਛੱਡਿਆ ਜਕਾਰਾ, ਉੱਠ ਕੇ ਆਪਣਾ ਲੱਥਾ ਜਿਹਾ ਸੀਸ ਆਪਣੀ ਖੱਬੀ ਤਲੀ ਤੇ ਟਿਕਾ ਕੇ ਤੇ ਸੱਜੇ ਹੱਥ ਨਾਲ ਖੰਡਾ ਫੜ ਕੇ ਤੁਰ ਪਏ ਸਨ ਬਾਬਾ ਦੀਪ ਸਿੰਘ ਜੀ। ਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਪਏ ਨੇ, ਫਿਰ ਵੀ ਆਪਾਂ ਆਖੀਏ ਜੀ ਏਦਾਂ ਨੀ ਹੋ ਸਕਦਾ, ਏਦਾਂ ਨੀ ਹੋ ਸਕਦਾ, ਤੇ ਫਿਰ ਉਹਦੇ ਵਾਸਤੇ ਤੇ ਕੁਝ ਵੀ ਨੀ ਹੋ ਸਕਦਾ। ਬਾਬਾ ਦੀਪ ਸਿੰਘ ਜੀ ਨੇ ਖੱਬੀ ਤਲੀ ਤੇ ਆਪਣਾ ਸੀਸ ਟਿਕਾ ਲਿਆ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ, ਉਹ ਕਹਿੰਦੇ ਨਿਜ ਸਿਰ ਬਾਮ ਹਾਥ ਨਿਜ ਤਾਰਾ, ਦਾਹਿਨੇ ਹਾਥ ਦਾ ਖੜਗ ਕਰਾਰਾ, ਵਜਨ ਜਾਹੇ ਥਾ ਠੇ ਸੇਰ 18, ਕਰ ਤੁਕ ਬੰਧ ਤੁਰਕ ਗਨ ਸੰਗੈ, ਚੱਲਿਓ ਸੁਦਾ ਸਰ ਔਰ ਨਿਸੰਗੈ। ਕਹਿੰਦੇ 18 ਸੇਰ ਦਾ ਖੰਡਾ ਬਾਬੇ ਦੀਪ ਸਿੰਘ ਦੇ ਸੱਜੇ ਹੱਥ ਚ ਤੇ ਖੱਬੀ ਤਲੀ ਤੇ ਸੀਸ ਉਹਨਾਂ ਆਪਣਾ ਟਿਕਾਇਆ ਹੋਇਆ। ਕੁਬੰਧ ਕਹਿੰਦੇ ਨੇ ਕਰਤ ਕੁਬੰਧ ਤੁਰਕ ਗਨ ਸੰਗੈ, ਕੁਬੰਧ ਕਹਿੰਦੇ ਨੇ ਜਿਹੜਾ ਤਾੜਾ ਇਕੱਲਾ ਹੀ ਹੋਵੇ, ਸਿਰ ਵੱਖਰਾ ਹੋਵੇ ਤੇ ਬਾਕੀ ਬਾਡੀ ਜਿਹਦੀ ਵੱਖਰੀ ਹੋਵੇ ਉਹਨੂੰ ਕੁਬੰਧ ਕਹਿੰਦੇ ਆ। ਕਹਿੰਦੇ ਇਕੱਲਾ ਹੀ ਧੜ ਆਪਣੇ ਆਪਣੀ ਤਲੀ ਤੇ ਸਿਰ ਰੱਖ ਕੇ ਲੜਦਾ ਤੁਰਕਾਂ ਦੇ ਨਾਲ, ਨਿਸੰਗ ਹੋ ਕੇ ਤੁਰਿਆ ਜਾਂਦਾ ਅੰਮ੍ਰਿਤਸਰ ਵੱਲ ਨੂੰ। ਕਹਿੰਦੇ ਹੋਏ ਹੈਰਾਨ ਦੁਰਾਨੀ ਰਹੇ, ਹੋਏ ਪੈ ਭੀਤ ਚੱਲੇ ਪੱਗ ਵਹੇ, ਹੈਰਾਨ ਹੋ ਗਏ ਇੱਕ ਵਾਰੀ ਸਾਰੇ ਜਿਹੜੇ ਆਏ ਸਨ ਦੁਰਾਨੀ, ਤੇ ਡਰ ਕੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਲਾ ਕੇ ਨੱਠ ਗਏ ਸਨ। ਅੱਗੇ ਲਾ ਕੇ ਤੇ ਫਿਰ ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗਤ ਜੀ ਉਹਨਾਂ ਤੋਂ ਹਰਿਮੰਦਰ ਸਾਹਿਬ ਆਜ਼ਾਦ ਕਰਵਾਇਆ। ਪ੍ਰਕਰਮਾ ਵਿੱਚ ਜਾ ਕੇ ਆਪਣਾ ਸੀਸ ਰੱਖ ਕੇ ਜਦੋਂ ਫਤਿਹ ਬੁਲਾ ਕੇ ਸਰੀਰ ਸਾਧ ਸੰਗਤ ਜੀ ਉਹਨਾਂ ਨੇ ਆਪਣਾ ਠੰਡਾ ਕੀਤਾ, ਉਸੇ ਹੀ ਸਿੱਖ ਨੇ ਨਾਲ ਲੜਦੇ ਜਾਂਦੇ ਨੇ। ਪ੍ਰਕਰਮਾ 'ਚ ਖੜ ਕੇ ਆਖਿਆ ਸੀ ਭਈ ਧੰਨ ਬਾਬਾ ਦੀਪ ਸਿੰਘ, ਤੂੰ ਆਪਣਾ ਬਚਨ ਸੱਚਾ ਕਰਕੇ ਵਿਖਾਲ ਦਿੱਤਾ। ਉਹਨੇ ਆਖਿਆ ਸੀ ਧੰਨ ਬਾਬਾ ਦੀਪ ਸਿੰਘ ਜਿਨ ਪ੍ਰਣ ਕੀ ਉਹ ਸੱਚਾ, ਢਿੱਗ ਤੇ ਸਿੱਖ ਨੇ ਐਸ ਉਬਾਚਾ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਕੋਲ ਖੜਾ ਉਹ ਹੀ ਸਿੱਖ ਜਿਹੜਾ ਪਹਿਲਾਂ ਕਹਿੰਦਾ ਸੀ ਜਥੇਦਾਰ ਜੀ ਤੁਸੀਂ ਡਿੱਗ ਪਏ ਤੇ ਹੁਣ ਤੁਹਾਡੀ ਅਰਦਾਸ ਦਾ ਕੀ ਹੋਵੇਗਾ, ਕਹਿੰਦਾ ਧੰਨ ਹੈ ਬਾਬਾ ਦੀਪ ਸਿੰਘ ਤੂੰ ਜਿਹਨੇ ਆਪਣਾ ਕੀਤਾ ਹੋਇਆ ਬਚਨ ਪੂਰਾ ਕਰਕੇ ਵਿਖਾਲ ਦਿੱਤਾ। ਉਹ ਸਾਧ ਸੰਗਤ ਜੀ ਮਹਾਂਪੁਰਸ਼ ਗੁਰਮੁਖ ਪਿਆਰੇ, ਏਡੀ ਵੱਡੀ ਮਹਾਨ ਹਸਤੀ ਜਿਹਨਾਂ ਤੇ ਕਲਗੀਧਰ ਪਾਤਸ਼ਾਹ ਜੀ ਦੀਆਂ ਕਿੰਨੀਆਂ ਕੁ ਰਹਿਮਤਾਂ ਹੋਈਆਂ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਵਿਚਾਰ ਕਰਾਂਗੇ ਉਵੇਂ ਜ਼ਰੂਰ, ਕਿਉਂਕਿ ਮਹਾਰਾਜ 10ਵੇਂ ਪਾਤਸ਼ਾਹ ਜੀ ਦਾ ਜੀਵਨ ਹੈ, ਮੈਨੂੰ ਹੁਕਮ ਹੋਇਆ ਉਹਦੇ ਵਿੱਚ ਆਵੇਗਾ ਇਹ ਸਾਰਾ ਕੁਝ। ਖੈਰ ਮੈਂ ਇੰਨੀ ਕੁ ਬੇਨਤੀ ਕਰਨੀ ਸੀ ਵੀ ਸ਼ੰਕਾ ਕਰਨ ਵਾਲੇ ਤਾਂ ਕਰਦੇ ਨੇ, ਪਰ ਇਹ ਸਿੱਖੀ ਖੇਡ ਸਾਧ ਸੰਗਤ ਜੀ ਭਰੋਸੇ ਦੀ ਹੈ। ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ, ਜਿਹਨਾਂ ਦੇ ਮਨ 'ਚ ਵਿਸ਼ਵਾਸ ਹੈ ਤਤ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੈ, ਸਾਰਿਆਂ ਨੂੰ ਨਹੀਂ ਹੁੰਦੀ। ਦੁਨੀਆਂ ਸਾਰੀ ਤਾਂ ਤੁਰੀ ਫਿਰਦੀ, ਸਕੱਤਰ ਸਾਹਿਬ ਨੇ ਹੁਣੇ ਕੁਝ ਬੋਲ ਬੋਲੇ ਸਨ, ਕੋਈ ਕਿਸੇ ਪਾਸੇ ਜਾਂਦਾ, ਕੋਈ ਕਿਸੇ ਪਾਸੇ, ਕੁਝ ਗੁਰਮੁਖ ਮਹਾਰਾਜ ਦੀ ਹਜ਼ੂਰੀ 'ਚ ਬੈਠਣ ਵਾਲੇ ਵੀ ਹੁੰਦੇ ਆ, ਆਪੋ ਆਪਣੇ ਭਰੋਸੇ ਤੇ ਅਕੀਦੇ ਦੀ ਗੱਲ ਹੁੰਦੀ ਹੈ। ਮੈਨੂੰ ਕਿਸੇ ਨੇ ਇੱਕ ਵਾਰੀ ਆਖਿਆ ਸੀ ਉੱਥੇ ਲੰਡਨ ਦੀ ਗੱਲ, ਦੀਵਾਲੀ ਬੰਦੀ ਛੋੜ ਦਿਵਸ ਚੱਲਦਾ ਪਿਆ ਸੀ, ਮੈਂ 6ਵੇਂ ਪਾਤਸ਼ਾਹ ਜੀ ਦਾ ਜੀਵਨ ਸੁਣਾਇਆ, ਤਾਂ ਜਦੋਂ ਉਹ ਜੀਵਨ ਵਿੱਚ ਇੱਕ ਚਰਚਾ ਆਈ ਵੀ ਭਾਈ ਜੇਠਾ ਜੀ ਜਦੋਂ ਜਹਾਂਗੀਰ ਦੀ ਛਾਤੀ ਤੇ ਸ਼ੇਰ ਬਣ ਕੇ ਚੜ੍ਹੇ, ਉਹਦੀ ਨੀਂਦ ਹਰਾਮ ਹੋਈ, ਉਹਨੇ ਫਿਰ ਸਾਈ ਮੀਆਂ ਮੀਰ ਜੀ ਨੂੰ ਬੁਲਾਇਆ, ਉਹਨੇ ਆਖਿਆ ਭਈ ਮੈਨੂੰ ਨੀਂਦ ਨਹੀਂ ਆਉਂਦੀ ਜੀ, ਬੜੀ ਪਰੇਸ਼ਾਨੀ ਹੈ। ਸਾਰੀ ਗੱਲ ਦੱਸੀ ਸਾਈ ਮੀਆਂ ਮੀਰ ਜੀ, ਕਿਉਂਕਿ ਖੁਦਾ ਦੇ ਦੋਸਤ ਸਨ, ਰੱਬੀ ਬੰਦੇ ਸਨ, ਪਾਰਪਕਾਰੀ ਸਨ, ਮਹਾਰਾਜ ਜੀ ਦੇ ਪ੍ਰੇਮੀ ਸਨ,
उन्होंने आखिया तेनू किवें नींद आ सकती है, अकाल पुरख के रूप छेवें पातशाह जी ने तो किले में बंद करी बैठा, तेनू किवें सुख की नींद आ सकती है। उन्हें आख्या फिर कोई इलाज, साई मियां मीर जी ने आख्या भी इलाज यही है महाराज सचे पातशाह जी को माफी मांग, उन्होंने रिहा कर उतो ग्वालियर के किले। कुछ साध संग जी वो दीवान ने आख्या से, कुछ ओदी बेगम ने आख्या, कुछ साई मियां मीर जी के कहते, फिर उन्हें छेवें पातशाह जी ने साध संग जी ग्वालियर के किले चो रिहा किया। महाराज छेवें पातशाह जी बहर आए, जिवें चंदू नूं नत्थ पाई, वो एक अपना बहुत विलखण ते निराला इतिहास है। पर जदों मैं समाप्ति करके बहर आया तो एक गुरमुख प्यारे कहण लगे, कहिंदे जी इन्हां देशां विच आपां नूं इह गल्लां नहीं करनियां चाहीदियां भई शेर बन के भाई जेठा जी जहांगीर की छाती से चढ़ गए सन। जे सानूं इत्थों दे नौजवान इत्थों दे बौरन बच्चे पुछणगे भई इवें हो सकदा भी भाई जेठा जी शेर बन के किसी की छाती से चढ़ जाण, इह किवें हो सकदा, आपां किवें सिद्ध करांगे। मैं कहा जी मैनूं इक गल दस दिओ, गुरु ग्रंथ साहब महाराज जी की पवित्र बाणी के बचन ने उत्थे हजूर ने भगतां दी रसना तो बचन लिखिया, कहिंदे ने काढ़ खड़ग काल पैको प्यो मोहे बताओ जो तुहे राखै, पीत पीतंबण त्रिपण धणी थंब माहे हर पाखै, हरनाक्ष जिन नखह बदारियो सुर नर कीए सनाथा। मैं कहा दसो गुरु ग्रंथ साहब महाराज जी की बाणी दीआं पंक्तियां ने जिस विच प्रहलाद दे पिता हरनाक्ष ने अपने पुत्र नूं मारन वास्ते खड़ा करके थम दे कोल ते आख्या सी हुण दस तैनूं मेरे तो कौन बचा सकदा। काढ़ खड़ग काल पै को प्यो, कहिंदे काल दी तरह कढ के खड़ग म्याण विचों अपने सके पुत्र प्रहलाद भगत नूं उहदा पिता हरनाक्ष कहिंदा मोहे बताओ जो तुहे राखै, ठीक है मेरे बंदिया को तू बच गया, अग च सड़न तो बच गया, पानी ने तैनूं डोबिया नहीं, हुण तैनूं तू दस मेरे तो तैनूं कौन बचा सकदा। खड़गो दे हाथ विच है, वह भी उन्हें भी कुछ साध संग जी तपस्या की है पर पुठे पासे चलता पिया तपस्या करके, वह कहिंदा दस तैनूं मेरे तो कौन बचा सकदा। काढ़ खड़ग काल पै को प्यो मोहे बताओ जो तुहे राखै, पीत पी तंबण त्रिपण धणी थंब माहे हर पाखै। ते महाराज दे बचन कहिंदे ने उसे वेले उह अकाल पुरख वाहिगुरु थंब विचों निकलिया पार के नरसिंह रूप लैके उन्हें चाके रख लिया गोडिया ते हरनाक्ष नूं, कहिंदे हरनाक्ष लै नखै बदारियो, नखै मतलब नौहां नाल, हरनाक्ष नूं नौवां नाल पाड़ के साध संगत जी उन्हें अपने भगत की रक्षा की। मैं कहा दसो गुरमुखो ये जे आपां अपने बच्चों नूं सिद्ध करांगे, कल नूं इस बाणी दे शब्द की मैं अर्थ करां कथा करदा होया ते फिर मैनूं इत्थों दे बौरन बच्चे पुछण भई इदां हो सकदा भई थम विचों निकल आवे ते अपने भगत की रक्षा करे परमात्मा। तो मैं कहा फिर ये गुरबाणी की पंक्ति किवें सिद्ध करोगे, तो जे साडे बच्चे ये मन जाणगे ना भी गुरु ग्रंथ साहब जी विच लिखिया भी थम विचों हरनाक्ष नूं मारन वास्ते निकलिया सी नरसिंह, तो मैं कहा मैं मना देंगा अपने बच्चों नूं भी भाई जेठे दे सिर ते जे छेवें पाशा हाथ रखण तो शेर बन के चढ़ सकदा उहदी छाती ते। यह कोई वड्डी गल नहीं साध संगत जी, यह कोई वड्डा मसला नहीं है, यह सिर्फ भरोसे की खेड है। यह मैं तां आरंभ च बेनती की है भाई भाई दलजीत सिंह जी ने थोड़ा जिहा जिक्र कीता सी इस गल दा, क्योंकि समा बहुत खुशक है, बहुत बेजकीनी लोगों की वधदी जाती है, पर दूजे बने खुशी भी है जिन्ना गुरमत का प्रचार है जिहड़े अकीदे वाले ने साध संगत जी पक्के अकीदे वाले ने। तुसां कुछ स्पिरिट पिछले दिनों में विखाल दित्ती सी जदों महाराज साहब जी की बेदबी हुई सी, इह दा अर्थ है भी अंदर किते ना किते अणखा जे जिउंदी अपने किते ना किते भरोसा है। जिन्ना मर्जी साध संगत जी भावें जमाना खुशक चलता होवे फिर भी गुरु के सिख गुरु साहब जी के बचना से भरोसा करते हैं, तो जिन्होंने गुरु साहब जी के बचना से भरोसा है वह गुरु के प्यार से शंका कर ही नहीं सकते, क्योंकि हर हर जन दुई एक है बिब विचार कश ना है। सो उन्होंने गुरमुखा प्यार का जिक्र भाई दलजीत सिंह जी कर रहे सन, क्योंकि समागम दमदमी टकसाल वालों हो रहे हैं, दमदमी टकसाल ईस्ट लंदन, दमदमी टकसाल आस्ट्रेलिया, बाकी सारे स्टूडेंटा वालों साध संगत जी इस समागम रचे गए ने। महाराज सचे पातशाह जी ने कृपा की इन्हां समागमां च हाजरी भरन वास्ते इंग्लैंड तो भी गुरमुख प्यारे आए ने, आस्ट्रेलिया तो गुरमुख प्यारे आए ने, आ भाई बराज सिंह जी मेरे सामने बैठे इंग्लैंड तो आए मैनूं दिखाई दे रहे ते बाकियां नूं उवें मैं जी आया कहिंदा सारे नूं जिहड़े भी आए ने। कलगीधर पातशाह जी दे जीवन वास्ते साध संगत जी आपां विचार प्रारंभ करनी है जिनी अज हो सकी, बाकी फिर कल परसों जिवें महाराज सचे पातशाह जी कृपा करनगे इसे तरह ही तुसीं एकाग्रता बनाई रखनी। गुरु साहब जी तो असीस लैण वास्ते प्रेम विच आण के आखो जी सतनाम श्री वाहिगुरु साहिब जी। कलगीधर पातशाह जी का जीवन सत्संग जी उन्हां दी ऐसी महान शख्सियत है जिहड़ी बहुपक्खी है, कोई भी एक उन्हां दे जीवन का पक्ष लैके आपां अखां सामने रख के जदों विचार शुरू करिए तो शायद एक पक्ष भी दसवें पातशाह जी का अपना अपने जीवन में पूरी तरह नहीं कह सकांगे।
क्योंकि गुरु साहब जी की कला कह सकना अलपागी बुद्धि वालों के वस की गल नहीं होंगी। महाराज जी के बचन ने गुरु ग्रंथ साहब सच्चे पातशाह जी दे गुरु अमरदास की अकथ कथा है एक जी ही काश कथी ना जाई। कहिंदे गुरु अमरदास सच्चे पातशाह जी दे जीवन की कथा कोई कहन लग पवे एक जी है ना जी दी एक जबान गुरु अमरदास सच्चे पातशाह जी दे जीवन की कथा नहीं जे कह सकदा उहदा जीवन मुक जाएगा। महाराज जी दे गुण कदे ना खत्म होणगे। ते कलगीधर पातशाह जी दे जीवन नूं सारे संपूर्ण रूप विच कह सकना तां किसे दे वस की गल नहीं, क्योंकि जे महाराज साहब जी दा आपां उह सरूप देखदे हां जिस विच सत्संग जी उह पुत्रां दे दानी ने तां बुद्ध हैरान रह जांदी है, जिस विच आपां उहनां दा बादशाही थाठ वेखदे हां जिहड़े आपां हुणे बचन तुहाडे नाल सांझे कीते सी हक हक अंदेश गुरु गोबिंद सिंह बादशाह दरवेश गुरु गोबिंद सिंह उन्हां दा जे बादशाही आपां सत्संग जी सरूप अखां दे सामने लईए ते जिहड़ा चंदोवा उहनां दे उपर उस वेले सीस ते लगा सी उसकी सत्संग जी कीमत देख के उसकी शोभा देख के भीम चंद अपने मन च हैरान रह गया सी। इसे करके बहाने नाल उहने उह वस्तुआं महाराज कोलों मंगियां सन भी मैं बाई धार दे राजां दा मुखी भीम चंद मेरे उपर इन्ना कीमती चंदोवा नहीं लगता। वह कलगीधर पातशाह जिन्हां दा जोड़ा प्रसादी हाथी झाड़ के उन्हां दे अगे रखता है सुंड विच पानी भर के लिया के महाराज जी के चरण धोंदा है सच्चे पातशाह जी के सामने चंदन की चौंकी पई जिहड़ा राजा रतन राय असाम तो लैके आया सी उन्हां दा उह सत्संग जी बादशाही ठाठ है। जे महाराज जी की आपां फकीरी देखते हैं ते ओ उन्हां पंजां प्यारियां नूं जिहड़े उन्हां तों वरोस आए ने जिन्हां दे सिर धर तों वक्खरे करके महाराज जी ने आत्मक बल नाल उन्हां नूं फिर सुरजीत कीता सी अपने तों दीखे धोए अपने ही सिखां दे अगे महाराज वीर आसन होके ते हाथां करके कह रहे ने जिहड़ा अमृत भाई दया सिंह जी तुसां साडे तों प्राप्त कीता है ओ हुण उही अमृत तुसीं साडे मुख विच पाओ क्योंकि ओ अमृत हुण असीं आप छकना चाहुंदे। जे सच्चे पातशाह जी की कलम वल्ले देखदे हां ते जो महाराज सच्चे पातशाह जी ने सत्संग जी अपनी कलम नाल कीता है वो याद रखने वाली गल है। भावें कुछ लोगों नूं परेशानी हुंदी है वो महाराज सच्चे पातशाह जी दे बचना तो मुनकर होण नूं फिरदे ने पर कलगीधर पातशाह जी दे बचना तो मुनकर होके सिख सिख नहीं जे रह सकता। जे दसवें पातशाह जी की बाणी तो आपां अज मुख मोड़ांगे तो सिख का कोई नितनेम नहीं सिख का कोई जीवन नहीं अमृत लैके दीखत नहीं हो सकता अरदास नहीं आपां कर सकते फतेह नहीं बुला सकते जकारा नहीं छड़ सकते फिर सारा कुछ ही बदलना पवेगा तो छड़ना पवेगा। ये महाराज सच्चे पातशाह जी ने आप कृपा की है उन्हां बाणी उचारण की है उन्हां दी बाणी विचों आपां नितनेम करते हैं उन्हां दी बाणी पढ़ के अमृत का बाटा तैयार किया जाता गुरु ग्रंथ साहब जी महाराज की बाणी के नाल अरदास जिहड़ी करदे आ कलगीधर पातशाह जी की बख्शिश है साडे उपर ये उन्हों का कलम वाला पक्ष है साहित पक्ष तो महाराज सच्चे पातशाह जी ने विशेष तौर पर कृपा की। सो कहण तो भाव दसवें पातशाह जी का जीवन संपूर्ण रूप में सत्संग जी कोई नहीं कह सकेगा पर फिर भी आपने मन की एकाग्रता वास्ते कहना तो तुम अपने मन की एकाग्रता वास्ते सुनना महाराज साहब जी के पावन पवित्र जीवन को कलगीधर पातशाह जी का सत्संग जी पावन अवतार पटना साहब की धरती से होया उन्होंने आने का कारण की सी। चौजी प्रीतम जी ने आप अपने मुखार बिंद तो उचारण किया अब मैं अपनी कथा बखानो तप साद जिह बिद मोहयानो महाराज कहन लगे ने हुण मैं तुहानू अपनी कथा दसदा गुरु के सिखो तपस्या करदे होए नू जिवें मैनू इस मात लोक ते आउणा पिया सी अब मैं अपनी कथा बखानो तप साद जिह बिद मोहयानो हेमकुंट पर्वत है जहां सप्त सरंग शोभत है तहां सप्त सरंग तह नाम कहावा पंड राज जो कमावा तह हम अधिक तपस्या साधी महाकाल काल का आराधी। दसवें पातशाह जी आप अपने जीवन की कथा सत्संग जी बयान कर रहे ने हजूर कृपा करते कहिंदे जिथे हेमकुंट पर्वत है उथे मैं तपस्या करता पिया सां उथे मैं उस जिहड़ा महाकाल है काल का भी काल है उहदा आराधी होया बैठा सां महाकाल काल का आराधी नहीं महाकाल काल का मतलब दा उस परमेश्वर दा आराधी बन के मैं हेमकुंड पर्वत वाली जगह ते बैठा सां। इह बिद करत तपस्या भयो द्वय ते एक रूप होए गयो कहिंदे तपस्या करदिआं करदिआं उस अवस्था चले गया जिथे जिहड़ी सत्संग जी द्वय तुसीं वो खत्म हो गई तो दो तो एक रूप हो गए असि द्वैत का मतलब जिथे तू मैं ते मैं तू का भेद नहीं रह जाता जिस कबीर साहब ने कहा कबीर तू तू करता तू हूं आ मुझ में रहा ना हूं यदा मतलब हूं खत्म हो गई तो मैं तेनू गाँदा गाँदा तेरा स्वरूप हो चुका। उस अवस्था च कलगीधर पातशाह जी ने कहिंदे तपस्या करते करते असि दो तो एक रूप हो गए
ਇੱਥੇ ਅਸੀਂ ਤਾਂ ਤਪੱਸਿਆ ਕਰ ਰਹੇ ਸਾਂ ਤੇ ਇਸ ਅਵਸਥਾ ਵਿੱਚ ਚਲੇ ਗਏ ਹਾਂ। ਦੂਜੇ ਬੰਨੇ ਤਾਤ ਮਾਤ ਮੁਰ ਅਲੱਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲੱਖ ਕੀ ਸੇਵਾ ਤਾਂ ਤੇ ਪ੍ਰਸੰਨ ਭਏ ਗੁਰਦੇਵਾ। ਕਹਿੰਦੇ ਸਾਡੇ ਮਾਤਾ ਪਿਤਾ ਨੇ ਇੰਨੀ ਕੁ ਅਕਾਲ ਪੁਰਖ ਵਾਹਿਗੁਰੂ ਦੀ ਤਪੱਸਿਆ ਕੀਤੀ। ਪਹਿਲਾਂ ਆਪਣੀ ਤਪੱਸਿਆ ਦੀ ਗੱਲ ਮਹਾਰਾਜ ਜੀ ਦੱਸ ਚੁੱਕੇ ਨੇ, ਹੁਣ ਹਜ਼ੂਰ ਕਹਿੰਦੇ ਸਾਡੇ ਮਾਤਾ ਪਿਤਾ ਨੇ ਵੀ ਕੋਈ ਘੱਟ ਤਪੱਸਿਆ ਨਹੀਂ ਜੇ ਕੀਤੀ। ਤਾਤ ਮਾਤ ਮੁਰ ਅਲੱਖ, ਤਾਤ ਮਾਤ ਦਾ ਅਰਥ ਪਿਤਾ ਜੀ ਮਾਤਾ ਜੀ, ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਤਸੰਗ ਦੀ ਆਰਾਧਨਾ ਕੀਤੀ ਹੈ। ਬਹੁਵਿਧ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲੱਖ ਕੀ ਸੇਵਾ ਤਾਂ ਤੇ ਪ੍ਰਸੰਨ ਭਏ ਗੁਰਦੇਵਾ। ਕਹਿੰਦੇ ਫਿਰ ਉਹਨਾਂ ਦੀ ਤਪੱਸਿਆ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋ ਗਿਆ। ਕਿਹਨਾਂ ਦੀ? ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਪੱਸਿਆ ਤੇ, ਉਹਨਾਂ ਦੇ ਮਹਿਲ ਤੇ ਸਾਡੇ ਮਾਤਾ ਮਾਤਾ ਗੁਜਰ ਕੌਰ ਜੀ ਦੀ ਤਪੱਸਿਆ ਤੇ। ਫਿਰ ਪ੍ਰਸੰਨ ਕਹਿੰਦੇ ਨੇ ਤੇਰੇ ਪਾਪ ਜਬ ਆਏ ਸੋਹਦੀਆ ਤਬ ਹਮ ਜਨਮ ਕਲੂ ਮੈਂ ਲਈਆ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਜਦੋਂ ਸਾਨੂੰ ਆਗਿਆ ਕੀਤੀ ਫਿਰ ਅਸੀਂ ਇੱਥੇ ਅਵਤਾਰ ਤਾਰਿਆ। ਚੇਤਨਾ ਪਇਓ ਹਮਰੋ ਆਵਣ ਕਹੇ ਚੁਬੀ ਰਹੀ ਸੁਰਤ ਪ੍ਰਭ ਚਰਨ ਨਮਹ। ਸਾਡਾ ਚਿੱਤ ਨਹੀਂ ਸੀ ਕਰਦਾ ਇਸ ਲੋਕ ਤੇ ਆਉਣ ਲਈ, ਕਿਉਂਕਿ ਸਾਡੀ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਖੁਬੀ ਹੋਈ ਸੀ। ਉਸ ਚੁਬੀ ਹੋਈ ਸੁਰਤ ਦਾ ਸਾਧ ਸੰਗਤ ਜੀ ਜੋ ਆਨੰਦ ਹੈ ਨਾ, ਉਹਨੂੰ ਲਫ਼ਜ਼ ਬਿਆਨ ਨਹੀਂ ਕਰ ਸਕਦੇ। ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਏ ਗੁਰਮੁਖ ਵਾਸਤੇ ਜੋ ਅਭੇਦਤਾ ਦਾ ਸਰੂਪ ਦੀ ਅਭੇਦਤਾ ਦਾ ਆਨੰਦ ਹੈ, ਉਹਨੂੰ ਆਪਾਂ ਲਫ਼ਜ਼ਾਂ ਨਾਲ ਬਿਆਨ ਨਹੀਂ ਕਰ ਸਕਦੇ। ਕਬੀਰ ਸਾਹਿਬ ਨੇ ਆਖਿਆ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜਿਵੇਂ ਗੂੰਗੇ ਨੂੰ ਗੁੜ ਖਾਣ ਲਈ ਦੇ ਦਈਏ ਪੁੱਛੀਏ ਕਿੰਨਾ ਕੁ ਆਨੰਦ ਆਇਆ, ਉਹ ਬੋਲ ਕੇ ਨਹੀਂ ਦੱਸ ਸਕਦਾ। ਕਹਿੰਦੇ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਦਾ ਆਨੰਦ ਅੱਖਰਾਂ ਨਾਲ ਨਹੀਂ ਦੱਸਿਆ ਜਾ ਸਕਦਾ, ਇਹ ਸਿਰਫ ਮੰਨਣ ਦੀ ਗੱਲ ਸੀ। ਕਹਿੰਦੇ ਸਾਡੀ ਸੁਰਤ ਉਹਦੇ ਵਿੱਚ ਚੁਭੀ ਹੋਈ ਸੀ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ, ਇਸ ਲਈ ਸਾਡਾ ਆਉਣ ਲਈ ਚਿੱਤ ਨਹੀਂ ਸੀ ਕਰਦਾ। ਪਰ ਜਿਵੇਂ ਕਿ ਹਮ ਪ੍ਰਭ ਕੋ ਸਮਝਾਇਓ, ਕਹਿੰਦੇ ਜਿਵੇਂ ਕਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਆਖਿਆ ਨਹੀਂ ਤੈਨੂੰ ਜਾਣਾ ਪੈਣਾ। ਕਿਸ ਕੰਮ ਲਈ ਜਾਣਾ ਪੈਣਾ ਜੀ? ਹਜ਼ੂਰ ਨੇ ਬਚਨ ਕੀਤੇ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪ੍ਰਚਰ ਕਰਬੇ ਕੋ ਸਾਜਾ। ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਪੰਥ ਦੇ ਪ੍ਰਚਾਰ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ, ਪੰਥ ਦੀ ਨੀਂਹ ਮਜ਼ਬੂਤ ਕਰਨ ਵਾਸਤੇ ਭੇਜ ਰਿਹਾ, ਇਸ ਕਰਕੇ ਤੈਨੂੰ ਜਾਣਾ ਪੈਣਾ ਜ਼ਰੂਰ। ਇਹ ਕਾਰਨ ਸੀ ਉਹਨਾਂ ਦੇ ਆਉਣ ਦਾ। ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਹੁਕਮ ਲਾ ਦਿੱਤਾ, ਥੜ ਪਇਓ ਮੈਂ ਜ਼ੋਰ ਕਰ ਬਚਨ ਕਾ ਸਰ ਨਿਆਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਕਹਿੰਦੇ ਹੱਥ ਜੋੜ ਕੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਖੜੇ ਹੋਏ। ਫਿਰ ਅਸੀਂ ਆਖਿਆ ਠੀਕ ਹੈ ਜੀ, ਜੇ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਤੁਸੀਂ ਮੈਨੂੰ ਭੇਜ ਰਹੇ ਹੈ, ਪੰਥ ਚੜ੍ਹਦੀ ਕਲਾ 'ਚ ਤਾਂ ਚੱਲੇਗਾ, ਮੇਰੇ ਨਾਲ ਬਚਨ ਕਰੋ ਤੁਸੀਂ ਸਦਾ ਮੇਰੇ ਸਹਾਈ ਹੋਵੋਗੇ, ਪੰਥ ਚੱਲੇਗਾ। ਕਹਿੰਦੇ ਅਸੀਂ ਹੱਥ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਸੀ ਜਦੋਂ ਪਰਮੇਸ਼ਰ ਨੇ ਸਾਨੂੰ ਆਖਿਆ ਸੀ ਮੈਂ ਤੈਨੂੰ ਇਸ ਕੰਮ ਵਾਸਤੇ ਭੇਜ ਰਿਹਾ। ਹੁਣ ਇੱਥੇ ਇੱਕ ਵਿਚਾਰ ਆਵੇਗੀ ਪਰ ਕੀ ਇਉਂ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਨਾਲ ਬਚਨ ਬਲਾਸ ਕਰ ਲੈਂਦੇ ਨੇ ਸਾਹਮਣੇ? ਬਿਲਕੁਲ ਕਰ ਲੈਂਦੇ ਸਾਧ ਸੰਗਤ ਜੀ, ਬਿਲਕੁਲ ਕਰਦੇ ਕਰਦੇ। ਤੇ ਮਹਾਰਾਜ ਜੀ ਨੇ ਆਖਿਆ ਸੀ ਮੈਨੂੰ ਪਰਮਾਤਮਾ ਨੇ ਆਖਿਆ ਮੈਂ ਆਪਣਾ ਸੁੱਤ ਤੋਹੇ ਨਵਾਜਾ। ਅਕਾਲ ਪੁਰਖ ਬਾਚ ਇਸ ਕੀਟ ਪ੍ਰਤ, ਦਸਵੇਂ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਦੇ ਬਚਨ ਨੇ ਮੇਰੇ ਪ੍ਰਥਾਏ, ਜਿਹੜੇ ਮੈਂ ਤੁਹਾਨੂੰ ਕਹਿੰਦਾ ਪਿਆ, ਜੋ ਆਪ ਜੋ ਅਸੀਂ ਅਕਾਲ ਪੁਰਖ ਨੂੰ ਬੇਨਤੀ ਕੀਤੀ ਉਹ ਵੀ ਦੱਸ ਦਿੱਤੀ ਹੈ, ਜੋ ਸਾਨੂੰ ਪਰਮਾਤਮਾ ਨੇ ਹੁਕਮ ਲਾਇਆ ਸੀ ਉਹ ਵੀ ਦੱਸ ਦਿੱਤਾ। ਹਾਂ, ਆਪਣੇ ਪਿਆਰਿਆਂ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਸਿੱਧੀ ਗੱਲਬਾਤ ਸਾਧ ਸੰਗਤ ਜੀ ਹੁੰਦੀ ਹੈ। ਭਗਤ ਨਾਮਦੇਵ ਜੀ ਦਾ ਥੋੜ੍ਹਾ ਕੁ ਜ਼ਿਕਰ ਭਾਈ ਦਲਜੀਤ ਸਿੰਘ ਜੀ ਨੇ ਕੀਤਾ ਸੀ, ਉਹਨਾਂ ਦਾ ਇੱਕ ਸ਼ਬਦ ਹੈ ਨਾਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠਲਾ। ਕਹਿੰਦੇ ਨੇ ਨਾਮਦੇਵ ਨੂੰ ਦਿੱਲੀ ਦੇ ਬਾਦਸ਼ਾਹ ਨੇ ਬੰਨ ਲਿਆ ਸੀ, ਕਿਉਂ? ਕੋਈ ਕਾਰਨ ਸੀ, ਉਹਨਾਂ ਦੀ ਸੋਭਾ ਹੋ ਰਹੀ ਸੀ। ਜਿਹੜੇ ਮਤਸਬੀ ਲੋਕ ਸਨ ਉਹਨਾਂ ਸ਼ਿਕਾਇਤ ਕੀਤੀ, ਉਹ ਸਤਸੰਗ ਜੀ ਮਜ਼ਬ ਦੀ ਜਿਹੜੀ ਚਾਰ ਦੀਵਾਰੀ ਸੀ ਉਹਦੇ ਵਿੱਚ ਬੱਝਾ ਹੋਇਆ ਸੀ, ਇਸ ਕਰਕੇ ਉਹਦੇ ਕੋਲੋਂ ਕਿਸੇ ਦੂਸਰੇ ਧਰਮ ਦੇ ਗੁਰਮੁਖ ਪਿਆਰੇ ਦੀ ਸੋਭਾ ਜਰੀ ਨਹੀਂ ਗਈ। ਕਾਜੀਆਂ ਮਲਾਣਿਆਂ ਦਾ ਚੱਕਿਆ ਹੋਇਆ ਬਾਦਸ਼ਾਹ ਭਗਤ ਨਾਮ ਜੀ ਮੈਨੂੰ ਬੰਨ ਕੇ ਲਏ ਆ ਤੇ ਸਾਰੀ ਦਿੱਲੀ ਇਕੱਠੀ ਹੋਈ ਹੈ, ਉਹਨਾਂ ਨੂੰ ਕਹਿ ਰਿਹਾ ਤੂੰ ਆਪਣੇ ਆਪ ਨੂੰ ਪਰਮਾਤਮਾ ਦਾ ਭਗਤ ਖਵਾਉਣਾ, ਤੇ ਜੇ ਤੂੰ ਪਰਮਾਤਮਾ ਦਾ ਭਗਤ ਹੈ ਲੈ ਫਿਰ ਅੱਜ ਆਪਣੇ ਪਰਮਾਤਮਾ ਨੂੰ ਬੁਲਾਓ, ਕੁਝ ਕਰਕੇ ਵਿਖਾਲੇ ਨੇ ਤੇ ਤੈਨੂੰ ਮੈਂ ਮਾਰ ਦਿਆਂਗਾ, ਜੇ ਤੇਰਾ ਪਰਮਾਤਮਾ ਆ ਗਿਆ ਤੂੰ ਵਾਕਿਆ ਉਹਦਾ ਭਗਤ ਹੈ ਫਿਰ ਤੇਰੀ ਖਲਾਸੀ ਹੋ ਜਾਏਗੀ। ਨਾਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠਲਾ ਕੀ ਸੀ? ਕਹਿੰਦੇ ਬਿਸਮਿਲ ਗਊ ਦੇਹੋ ਜੀ ਆਏ ਨਾਤਰ ਗਰਦਨ ਮਾਰੋ ਉਠਾਏ। ਆਹ ਗਊ ਲਿਆਂਦੀ ਹੈ, ਮਾਰ ਦਿੱਤੀ ਭਗਤ ਨਾਮਦੇਵ ਦੇ ਸਾਹਮਣੇ, ਹੁਣ ਬਾਦਸ਼ਾਹ ਕਹਿ ਰਿਹਾ ਨਾਮਦੇਵ ਇਸ ਗਊ ਨੂੰ ਜਿਉਂਦੀ ਕਰਦੇ ਨੇ ਤੇ ਤੇਰਾ ਮੈਂ ਸਿਰ ਧੜ ਤੋਂ ਵੱਖਰਾ ਕਰ, ਨਾਤਰ ਗਰਦਨ ਮਾਰੋ ਉਠਾਏ ਨਹੀਂ ਤੇ ਤੈਨੂੰ ਮਾਰ ਦਿਆਂਗਾ। ਭਗਤ ਨਾਮਦੇਵ ਜੀ ਨੇ ਹੱਥ ਜੋੜ ਕੇ ਆਖਿਆ ਬਾਦਸ਼ਾਹ
ऐसी क्यों होए मेरा किया कछु ना होए कर है राम होए है सोए। वो कहन लगे बादशाह इवें किवें हो सकता बिस्मिल किया ना जीवै कोई मैं किवें मरे हुए ने जवान जिंदा कर सकता मेरा किया कछु ना होए मेरे को नहीं गऊ जिंदी हो सकती पर हां एक मैं तेन गरंटी नाल गल कहना जे मेरे परमात्मा नूं भावे तो गऊ जिंदी कर देगा कर है राम होए है सोए। बादशाह गुस्से च आ गया वो कहन लगा ठीक है जे तेरे को तेरा रब तो कर सकता ना उन्हें क्या बिल्कुल कर सकता। फिर कहने लगा अपने परमात्मा सद फिर तेन बचाने इस गऊ जिंदी करे नहीं तो तेन मारांगा। समा दे दिता सत घड़िया 24 मिनट की सत्संग जी एक घड़ी होंगी है हूँ अजकल समय च भाई गुरदास जी ने लिखा हूँ 24 मिनट की है गुरु साहब जी के अवतार लैण तो पहला 22.5 मिनट की घड़ी होंगी सी। सत घड़िया का समा दिता कहन लगे जे सत्तां घड़िया च तू जिन्हू आराधना जिन्हू चेते करना जो फरियाद करनी जो अरजोई करनी कर लै सत घड़िया भी अगर तेरा परमात्मा गऊ जिंदी करनी आया तो फिर तेरा सिर ला दिता जाएगा जलाद बुला लिया टोका लै आंदा पूरी तैयारी की दिल्ली च बिठाया भगत नामदेव नूं ते दिल्ली सारी देखण लई खड़ी चिट्टे दिन च भगत नामदेव जी नेत्र बंद करके बैठ गए बैठे ने आनंद च ने। जदों सत घड़ियां लंघ गई जलाद ने भगत नामदेव जी का मोढा हिलाया अखां खोल भगता सत घड़िया लंघ गई तो तेरा परमात्मा कोई नहीं आया इस करके हुण तेरा सिरला दिता जाएगा। जदों भगत नामदेव का मोढा फड़ के हिलाया वह कहिंदे सात घड़ी जब बीती सुनी अज हो ना आयो तेरे पौन धनी देखो भगता कीदा भगता भरोसा देखो अखा खोल के कहिंदा सत घड़िया लंघ गई अजे तक आया नहीं मैनू बचाउण अजे तक आया नहीं वो अज हो ना आयो तेरे पौन धनी। तो फिर अगली कला वेखो की है कहिंदे पाखंतन बाज बजाएला गरल चढ़े गोबिंद आएला। भगत नामदेव जी कहिंदे मेरे याद करन दी डेर सी उसे वेले आ गया परमात्मा मैनू बचाउण लई ते इथों अगे बचन हुंदे आ परमात्मा दे इथों तक भगत नामदेव जी दे ने इथों अगे जो अकाल पुरख ने प्रगट हो के भगत नामदेव जी नाल बचन कीते वह मैं सतसंग जी गुरु ग्रंथ साहब जी का पवित्र शब्द है वह मैं आप जी नाल सांझा करदा। कहिंदे ने कहो हत धरन कहे हत धरन कोडी करो कहे हत लेकर उपर धरो कहे हत मुई गऊ दिउ जी आए सब कोई देखिया पति आए। हां नामदेव मैं आ गया परमात्मा ने आख्या तू कहना धरती टेढ़ी कर दिया तू कहना तेनू दुख देने वाले मार दिया सारे तू कहना मरी गऊ जिंदी कर दिया सारे लोगों के वेख दिया दस मैं तेरी खातर आया की करा मैं आ गया हूं तेरे करके। ते भगत साहब संघ जी उन्हें कहते हैं जिसके हिरदे चीरखा दिया गंढा ना जे तो यह जहाँ फिर कहना मार दे फिर तू आ गया तो इन्हों सार क्योंकि परमात्मा तो कह रहा है कहे तो धरने कोडी करो कहे तो लेकर उपर धरो कहना तो तली तेरे इन्नी टुकड़े में रख के मुद्दा ही मार देना मैं सब खत्म कर देंगा कहे तो मुई गऊ दे जी आए। भगत नाम जी ने आख्या नहीं गल सिर्फ इन्नी है परमात्मा जी जे रब जी तुसी आ गए जे ते सिर्फ गऊ जिंदी कर दौ तो बस इन्हें झगड़ा खत्म हो जाता परमा नामा सेल मसेल गऊ दुहाई बशरा मेल दूध दुहे जब मटकी भरी ले बादशाह के आगे तरी बादशाह महल मैं जाए आओ घट की घट लम्मा शब्द है। भगत नामदेव जी कहते हैं फिर वह गऊ जिंदी हुई सब दे वेंदिया उस मरी हुई गऊ नू जिंदी करके उस दुध चोया ते मटकी भर के बादशाह के अगे रखी लै भाई पीला होना जे अकाल पुरख वाहेगुरु अपने भगत नाल सीधे वचन कर सकता जे परमेश्वर फरीद जी नू कह सकता बाबा फरीद साहब जी नू फरीदा जे तू मेरा होए रहा है सब जग तेरा होए कहिंदे ए परमात्मा जी कह रहे ने भगत फरीदा तू मेरा हो जा दुनिया तेरी हो जाएगी। ते महाराज दा सत्संग जी बिरद जा तू मेरे वल है ता क्या मुछंदा तू सब कुछ मैनू सौंपिया जा तेरा बंदा मैं तेरा जद दा हो गया फिर मैनू किसी की मथाजगी नहीं पर तेरा होया क्यों क्योंकि तू मेरा हो गया हुण मथाजगी तां मुक्की है। कलगीधर पातशाह ने आख्या काका नाम की तेरा कहिंदा जी जोगा महाराज कहन लगे किहदे जोगा उहदे संस्कार चंगे सी कहिंदा महाराज हजूर आप जोगा महाराज कहिंदे चंगा फिर जे तू मेरे जोगा मैं तेरे जोगा तू मेरा हो गया तो मैं तेरा हो गया। हुशियारपुर दीआं पौड़ियां च खड़े कलगीधर पातशाह जी भाई जोगे नूं कह रहे हो बंदिआं वाला काम कर कोई चल गुरु जोगा सी जोगे जो गुरु जे जोगा गुरु साहब जोगा तो गुरु साहब जोगे वास्ते उत्थे पहुंचे सन। बाबा फरीद जी परमात्मा कहिंदा तू मेरा हो जा दुनिया तेरी हो जाएगी जे भगत फरीद जी नाल बचन हो सकते हैं भगत कबीर साहब नाल बचन हो सकते हैं भगत नामदेव जी नाल परमात्मा बचन कर सकता है तो कलगीधर पातशाह जी नाल क्यों नहीं उन्हां नाल तां सीधी गल हुई हुई है। फिर परमात्मा ने आख्या मैं अपना सुत तोहे नवाजा पंथ प्रचर कर बे को साजा
परमात्मा के बचन ने कहते फिर ये इदों बाद असी हाथ जोड़ के आख्या ठाड़ पयो मैं जोर कर बचन का सर मैं फिर हाथ जोड़ के ठाड़ हुंदा खड़े होना जोर कर दा अर्थ है कर हाथ जोड़ के मैं परमात्मा के हाथ जोड़ के खड़ा होया सी पंथ चले तब जगत मैं जाप तुम करो सहाये कलगीधर पातशाह कहिंदे ने ए सी साडे आउण दा कारण उवें दा महाराज जी ने लंबी कथा लिखी है वो कहिंदे ने यही काज तराहम जन्मं समझ लिहो साधु सब मन मंग बस इसे करके किस करके जी धर्म चलावण संतो बारन दुष्ट सबन कहो मूल उपारण असीं धर्म नूं चलदा रखण वास्ते आए हां जिहड़े धर्म विच रुकावट ने उहनां दीआं जड़ां पट्टांगे जिहड़े धर्म दे प्रचार विच लगे ने धर्मी बंदे उहनां दी रक्षा करन वास्ते आए होर कोई आउण दा कारण ही नहीं सी धर्म चलावण संतो बारन संतां दी रक्षा भी करांगे क्योंकि संत धर्म का प्रचार करते असीं आए धर्म वास्ते हैं दुष्ट सबन कोई मूल उपारण जिहड़े दुष्ट धर्म का नाश करते पए ने उहनां दीआं जड़ां भी जरूर पट्टांगे साडे आउण दा होर कोई कारण नहीं सी इस करके दसवें पातशाह जी कहिंदे असीं आए गुरमुखो ਉਹ ਮਹਾਨ ਕਲਗੀਧਰ ਪਾਤਸ਼ਾਹ ਜੀ ਦਾ ਸਤਸੰਗ ਜੀ ਅਵਤਾਰ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਜਿਸ ਦਿਨ ਹਜ਼ੂਰ ਦਾ ਅਵਤਾਰ ਹੁੰਦਾ ਤੇ ਕੜਾਮ ਦੀ ਧਰਤੀ ਤੇ ਬੈਠਾ ਇੱਕ ਰੱਬੀ ਬੰਦਾ ਭੀਖਣ ਸ਼ਾਹ ਉਹਨੇ ਅੱਜ ਸਜਦਾ ਚੜ੍ਹਦੇ ਨੂੰ ਕੀਤਾ ਇਹ ਮਰਿਆਦਾ ਨਹੀਂ ਕਲਗੀਧਰ ਪਾਤਸ਼ਾਹ ਦੇ ਵਚਨ ਕਹਿੰਦੇ ਕੋਈ ਪਛਾਹ ਕੋ ਸੀ ਸੁਣਵਾਇਓ ਉਹਨਾਂ ਨੇ ਦੇਖਣਾ ਹੁੰਦਾ ਉਹਨਾਂ ਦਾ ਕੀਦਾ ਹੈ ਸਤਸੰਗ ਜੀ ਉਹਨਾਂ ਕਾਬੇ ਵੱਲ ਨੂੰ ਸੀ ਸੁਣਵਾਉਣਾ ਹੁੰਦਾ ਮੱਕਾ ਦੇਖਦੇ ਕਿਹੜੇ ਪਾਸੇ ਆ ਜਦੋਂ ਚੜ੍ਹਦੇ ਨੂੰ ਭੀਖਣ ਸ਼ਾਹ ਨੇ ਅੱਜ ਸਿੱਧਾ ਕੀਤਾ ਨਮਸਕਾਰ ਕੀਤੀ ਮੱਥਾ ਟੇਕਿਆ ਉਹਨਾਂ ਦੇ ਮਰੀਦਾਂ ਨੇ ਪੁੱਛਿਆ ਪੀਰ ਜੀ ਬਿਲਕੁਲ ਸ਼ਰ੍ਹਾਂ ਦੇ ਉਲਟ ਇਹ ਕੀ ਗੱਲ ਹੋਈ ਤੁਹਾਨੂੰ ਪਤਾ ਆਪਾਂ ਪਸ਼ਮ ਵੱਲ ਨੂੰ ਸਿੱਧਾ ਕਰਦੇ ਹਾਂ ਅੱਜ ਤੁਸੀਂ ਚੜ੍ਹਦੇ ਨੂੰ ਕਰ ਦਿੱਤਾ ਤੇ ਪੀਰ ਭੀਖਣ ਸ਼ਾਹ ਜੀ ਨੇ ਆਖਿਆ ਸੀ ਗੁਰਮੁਖੋ ਜਿਸ ਖੁਦਾ ਦੇ ਘਰ ਵੱਲ ਨੂੰ ਆਪਾਂ ਰੋਜ਼ ਸੀ ਸੁਣਾਉਂਦੇ ਅੱਜ ਉਹ ਖੁਦਾ ਚੜ੍ਹਦੇ ਪਾਸੇ ਆਪ ਆ ਗਿਆ ਮੈਂ ਤਾਂ ਮੱਥਾ ਉੱਧਰ ਨੂੰ ਟੇਕ ਦਿੱਤਾ ਪਰ ਵਿੱਚ ਸਾਡੇ ਵਰਗੇ ਵੀ ਹੁੰਦੇ ਉਹਨਾਂ ਆਖਿਆ ਜੀ ਕਿਵੇਂ ਮੰਨੀਏ ਵੀ ਉਹ ਖੁਦਾ ਆਪ ਆ ਗਿਆ ਚੜ੍ਹਦੇ ਪਾਸੇ ਪੀਰ ਸਾਹਿਬ ਨੇ ਆਖਿਆ ਕਰੋ ਤਿਆਰੀ ਮੈਂ ਤੁਹਾਨੂੰ ਖੁਦਾ ਦੇ ਦਰਸ਼ਨ ਕਰਵਾ ਕੇ ਲਿਆਉਣਾ ਫਿਰ ਤਾਂ ਮੰਨੋਗੇ ਨਾ 1300 ਕੋਹ ਤੋਂ ਉੱਪਰ ਦਾ ਪੈਂਡਾ ਸੀ ਕੜਾਮ ਤੋਂ ਪਟਨਾ ਸਾਹਿਬ ਜਾਣਾ ਕਿੰਨਾ ਲੰਮਾ ਸਮਾਂ ਲੱਗਾ ਪੀਰ ਜੀ ਆਪਣੇ ਕਿੰਨੇ ਸੈਂਕੜੇ ਚੇਲਿਆਂ ਨੂੰ ਲੈ ਕੇ ਸਤਸੰਗ ਦੀ ਫਿਰ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਜਾ ਕੇ ਜਿੱਥੇ ਕਲਗੀਧਰ ਪਾਤਸ਼ਾਹ ਦਾ ਅਵਤਾਰ ਹੋਇਆ ਹੁਣ ਜਿੱਥੇ ਤਖਤ ਸਾਹਿਬ ਸਤਸੰਗ ਜੀ ਸੁਸ਼ੋਭਿਤ ਨੇ ਇਹ ਸਾਲਸਰਾਏ ਦੀ ਹਵੇਲੀ ਸੀ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਰਿਵਾਰ ਨੂੰ ਛੱਡ ਕੇ ਗਏ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਨਹੀਂ ਇਸ ਵੇਲੇ ਉਹ ਪੂਰਬ ਦੇ ਦੌਰੇ 'ਤੇ ਨੇ ਭੀਖਣ ਸ਼ਾਹ ਨੇ ਜਾ ਕੇ ਮਾਮਾ ਕਿਰਪਾਲ ਚੰਦ ਜੀ ਨੂੰ ਬੇਨਤੀ ਕੀਤੀ ਆਖਿਆ ਜੀ ਅਸੀਂ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਨੇ ਨੇ ਕਿਰਪਾ ਕਰੋ ਸਾਡੇ 'ਤੇ ਦਰਸ਼ਨ ਕਰਵਾਓ ਮਾਮਾ ਕਿਰਪਾਲ ਚੰਦ ਜੀ ਨੇ ਜਾ ਕੇ ਮਾਤਾ ਨਾਨਕੀ ਜੀ ਨੂੰ ਆਖਿਆ ਕੋਈ ਰੱਬੀ ਬੰਦਾ ਕੋਈ ਫਕੀਰ ਆਇਆ ਮਾਤਾ ਜੀ ਉਹ ਬਾਲਾ ਪ੍ਰੀਤਮ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਮਾਤਾ ਜੀ ਨੇ ਆਖਿਆ ਨਹੀਂ ਨਹੀਂ ਬਿਲਕੁਲ ਨਹੀਂ ਜਿੰਨੀ ਦੇਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਾਡੇ ਲਾਲ ਆ ਨਹੀਂ ਜਾਂਦੇ ਉਨੀ ਦੇਰ ਕਿਸੇ ਨੂੰ ਦਰਸ਼ਨ ਨਹੀਂ ਕਰਵਾਏ ਜਾਣਗੇ ਬਾਹਰਲੇ ਬੰਦੇ ਨੂੰ ਤੁਸੀਂ ਉਹਨਾਂ ਨੂੰ ਉਹਦਾ ਸਤਿਕਾਰ ਕਰੋ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰੋ ਉਹਨਾਂ ਨੂੰ ਜਲ ਪਾਣੀ ਛਕਾਓ ਲੇਕਿਨ ਦਰਸ਼ਨ ਉਹਨਾਂ ਨੂੰ ਅਜੇ ਨਹੀਂ ਕਰਵਾਵਾਂਗੇ ਮਾਮਾ ਕਿਰਪਾਲ ਚੰਦ ਜੀ ਨੇ ਬਾਹਰ ਆਣ ਕੇ ਆਖਿਆ ਸਾਈਂ ਜੀ ਆਪ ਜੀ ਨੂੰ ਜੀ ਆਇਆ ਆਪ ਜੀ ਦੱਸੋ ਛਕੀਏ ਛਕਾਈਏ ਕਿ ਤੁਹਾਡੇ ਛਕਣ ਦਾ ਪ੍ਰਬੰਧ ਕਰਦੇ ਪਰ ਦਰਸ਼ਨਾਂ ਦੀ ਆਗਿਆ ਨਹੀਂ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਅਜੇ ਇੱਥੇ ਨਹੀਂ ਹਨ ਅਜੇ ਤਾਂ ਉਹ ਨਹੀਂ ਮਿਲੇ ਆਪਣੇ ਸਾਹਿਬਜ਼ਾਦੇ ਨੂੰ ਭੀਖਣ ਸ਼ਾਹ ਨੇ ਆਖਿਆ ਜੋ ਮਰਜ਼ੀ ਆ ਜੀ ਮੈਂ ਦਰਸ਼ਨ ਕਰਨੇ ਆ ਉਹਨਾਂ ਨੇ ਫਿਰ ਮਾਤਾ ਜੀ ਨੂੰ ਆਖਿਆ ਮਾਤਾ ਜੀ ਨੇ ਫਿਰ ਨਾ ਕੀਤੀ ਮਾਤਾ ਜਦੋਂ ਫਿਰ ਭੀਖਣ ਸ਼ਾਹ ਜੀ ਨੇ ਜਿੱਦ ਕੀਤੀ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਕਹਿਣ ਲੱਗੇ ਜੇ ਤੁਸੀਂ ਦਰਸ਼ਨ ਨਹੀਂ ਨਾ ਕਰਵਾਉਣੇ ਤਾਂ ਮੈਂ ਤੁਹਾਡੇ ਦਰਵਾਜ਼ੇ ਤੇ ਬੈਠਾ ਜੇ ਮਰ ਜਾਵਾਂਗਾ ਜਲ ਪਾਣੀ ਨਹੀਂ ਛਕਾਂਗਾ ਜਿੰਨੀ ਦੇਰ ਤੁਸੀਂ ਮੈਨੂੰ ਸਾਹਿਬਜ਼ਾਦਾ ਜੀ ਦੇ ਦਰਸ਼ਨ ਨਹੀਂ ਕਰਾਉਂਦੇ ਆ ਮੈਂ ਇੱਥੇ ਬੈਠਾ ਅੱਜ ਤੋਂ ਜਲ ਪਾਣੀ ਤਿਆਗ ਦਿੱਤਾ ਜੇ ਮਾਮਾ ਕਿਰਪਾਲ ਚੰਦ ਜੀ ਗੁਰਮੁਖ ਪਿਆਰੇ ਨੇ ਉਹਨਾਂ ਜਾ ਕੇ ਮਾਤਾ ਨਾਨਕੀ ਜੀ ਨੂੰ ਆਖਿਆ ਮਾਤਾ ਜੀ ਉਹ ਤਾਂ ਜਿੱਦ ਕਰਕੇ ਬੈਠ ਗਏ ਨੇ ਉਹ ਕਹਿੰਦੇ ਚੜ੍ਹਾਈ ਕਰ ਜਾਂਗਾ ਮੈਂ ਮਹਾਰਾਜ ਦੇ ਦਰਸ਼ਨ ਜ਼ਰੂਰ ਕਰਨੇ ਆ ਮਾਤਾ ਜੀ ਨੇ ਆਖਿਆ ਤੂੰ ਇਉਂ ਕਰ ਇੱਕ ਥਾਲੀ ਸੁੱਚੇ ਮੋਤੀਆਂ ਦੀ ਭਰ ਕੇ ਉੱਪਰ ਸੋਨੇ ਦੀਆਂ ਮੋਹਰਾਂ ਰੱਖ ਕੇ ਪਸ਼ਮੀਨੇ ਦੇ ਬਸਤਰ ਰੱਖ ਕੇ ਉਹਨਾਂ ਨੂੰ ਜੀ ਆਇਆਂ ਆਖ ਉਹਨਾਂ ਨੂੰ ਭੇਟਾ ਦੇ ਤੇ ਸਮਝਾ ਵੀ ਆਹ ਭੇਟਾ ਮੋਤੀ ਸੋਨਾ ਮੋਹਰਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆਉਣਗੇ ਤੇ ਦਰਸ਼ਨ ਕਰਵਾਵਾਂਗੇ ਤੁਹਾਡੇ ਰਹਿਣ ਦਾ ਪ੍ਰਬੰਧ ਕਰਦੇ ਹਾਂ ਜਿੰਨੀ ਦੇਰ ਆਉਂਦੇ ਨਹੀਂ ਦਰਸ਼ਨ ਨਹੀਂ ਕਹਿੰਦੇ ਨੇ ਮਾਮਾ ਕਿਰਪਾਲ ਚੰਦ ਜੀ ਨੇ ਭਰੀ ਸੁੱਚੇ ਮੋਤੀਆਂ ਦੀ ਥਾਲੀ ਉੱਪਰ ਸੋਨੇ ਦੀਆਂ ਮੋਹਰਾਂ ਪਸ਼ਮੀਨੇ ਦੇ ਬਸਤਰ ਤੇ ਲਿਆ ਕੇ ਸਾਈਂ ਜੀ ਦੇ ਅੱਗੇ ਰੱਖ ਕੇ ਕਹਿਣ ਲੱਗੇ ਆ ਜੀ ਭੇਟਾ ਤੁਹਾਡੇ ਅੱਗੇ ਪਰ ਦਰਸ਼ਨ ਨਹੀਂ ਹੋ ਸਕਦੇ ਕਹਿੰਦੇ ਮਾਤਾ ਨਾਨਕੀ ਜੀ ਦੀ ਗੱਲ ਸੁਣ ਕੇ ਵਿਦਵਾਨਾਂ ਲਿਖਿਆ ਉਹ ਕਹਿਣ ਲੱਗੇ ਇਹ ਸੁਣ ਕੇ ਮਾਮਾ ਕਿਰਪਾਲ ਧਾਂਦਾ ਭਰ ਲੈ ਆਇਆ ਥਾਲ ਆ ਲਓ ਪੀਰ ਜੀ ਆ ਭੇਟਾ ਜੇ ਤੁਹਾਡੀ ਪਰ ਦਰਸ਼ਨ ਨਹੀਂ ਹੱਲ ਹੋ ਸਕਦੇ ਕਹਿੰਦੇ ਨੇ ਫਿਰ ਅੱਗੇ ਭੀਖਣ ਸ਼ਾਹ ਨੇ ਪਤਾ ਕੀ ਆਖਿਆ
ਉਹ ਕਹਿਣ ਲੱਗਾ ਮੈਂ ਪੰਜਾਬ ਤੋਂ ਚੱਲ ਕੇ ਆਇਆ, ਭੇਟਾ ਇਸ ਦੀ ਪ੍ਰੇਮ ਲਿਆ, ਮੈਨੂੰ ਨਹੀਂ ਸੌਦਾ ਮਨਜ਼ੂਰ, ਮੈਂ ਤੱਕਣਾ ਅੱਲਾ ਦਾ ਨੂਰ, ਜੇ ਤੱਕਿਆ ਤਾਂ ਘਰ ਜਾਵਾਂਗਾ ਨਹੀਂ ਤੇ ਇੱਥੇ ਹੀ ਮਰ ਜਾਵਾਂਗਾ। ਕਹਿਣ ਲੱਗਾ ਮੈਨੂੰ ਧਨ ਨਹੀਂ ਜੇ ਚਾਹੀਦਾ, ਇਹ ਸੌਦਾ ਬਿਲਕੁਲ ਮੈਨੂੰ ਮਨਜ਼ੂਰ ਨਹੀਂ। ਮੈਂ ਇਹ ਤਾਂ ਦੇਖੋ ਚੱਲ ਕੇ ਕਿੱਥੋਂ ਆਇਆ, ਪੰਜਾਬ ਤੋਂ ਆਇਆ, ਪੰਜਾਬ ਤੋਂ ਉਦੋਂ ਵਾਲੇ ਪੰਜਾਬ ਤੋਂ, ਮਦਰ ਦੇਸ਼ ਜਿਹਨੂੰ ਕਹਿੰਦੇ ਸੀ। ਮੈਂ ਭੇਟਾ ਇਹਨਾਂ ਦੀ ਆਪਣੀ ਸ਼ਰਧਾ ਲਿਆਇਆ, ਪ੍ਰੇਮ ਲਿਆਇਆ, ਇਹਨਾਂ ਸੁੱਚੇ ਮੋਤੀਆਂ ਦੀ ਮਾਇਆ ਦੀ ਮੈਨੂੰ ਕੋਈ ਕਮੀ ਨਹੀਂ। ਮੈਂ ਉਹਨਾਂ ਦਾ ਨੂਰ, ਅੱਲਾ ਦਾ ਨੂਰ ਤੱਕਣਾ, ਜੇ ਤੱਕਣ ਦਿਓਗੇ ਤੇ ਨਹੀਂ ਤੇ ਠੀਕ ਹੈ, ਨਹੀਂ ਤੇ ਇੱਥੇ ਤੁਹਾਡੇ ਦਰਵਾਜ਼ੇ ਤੇ ਪ੍ਰਾਣ ਦੇ ਦਿਆਂਗਾ। ਕਿਉਂਕਿ ਇੱਕ ਸੱਚੇ ਬੰਦੇ ਦਾ ਬਚਨ ਸੀ। ਮਾਮਾ ਕਿਰਪਾਲ ਚੰਦ ਜੀ ਨੇ ਮਾਤਾ ਨਾਨਕ ਜੀ ਨੂੰ ਆਖਿਆ ਮਾਤਾ ਜੀ ਮਹਾਰਾਜ ਦੇ ਦਰਸ਼ਨ ਕਰਵਾਉਣੇ ਪੈਣਗੇ ਬਾਲਾ ਪ੍ਰੀਤਮ ਜੀ ਦੇ, ਸਾਈ ਨੇ ਜਿੱਦ ਕਰ ਲਈ ਹੈ, ਪ੍ਰਾਣ ਤਿਆਗ ਦੇਗਾ, ਪੱਕੀ ਗੱਲ ਹੈ, ਉਹਨੇ ਜਲ ਨਹੀਂ ਜੀ ਆਪਣੇ ਮੂੰਹ ਨੂੰ ਲਾਉਣਾ, ਪ੍ਰਸ਼ਾਦਾ ਤਾਂ ਦੂਰ ਦੀ ਗੱਲ ਹੈ। ਫਿਰ ਮਾਤਾ ਨਾਨਕ ਜੀ ਨੇ ਆਖਿਆ ਸੀ ਠੀਕ ਹੈ ਜੀ, ਤੁਸੀਂ ਆਪਣੇ ਹੱਥਾਂ ਵਿੱਚ ਰੱਖ ਕੇ ਲਾਲ ਜੀ ਦੇ ਦਰਸ਼ਨ ਉਸ ਸਾਈ ਨੂੰ ਕਰਵਾ ਦਿਓ। ਫਿਰ ਮਾਮਾ ਕਿਰਪਾਲ ਚੰਦ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਆਪਣੇ ਹੱਥਾਂ 'ਚ ਲੈ ਕੇ ਆਏ ਸਨ। ਇੱਕ ਅਰਦਾਸ ਸਾਧ ਸੰਗਤ ਜੀ ਉਹਨੇ ਉਦੋਂ ਕੀਤੀ ਸੀ ਜਦੋਂ ਸਜਦਾ ਕੀਤਾ, ਇੱਕ ਆਪਣੇ ਮਰੀਦਾਂ ਦਾ ਅਕੀਦਾ ਪੱਕਾ ਕਰਨ ਲਈ ਕੀਤੀ ਸੀ ਭਾਈ ਜੇ ਤੁਸੀਂ ਸਮਝਦੇ ਨਾ ਵੀ ਉਹ ਖੁਦਾ ਦਾ ਨੂਰ ਹੈ, ਮੈਂ ਉਹਨਾਂ ਅੱਗੇ ਦੋ ਕੁੱਜੀਆਂ ਕਰਾਂਗਾ, ਜੇ ਦੋਨਾਂ ਉੱਪਰ ਹੱਥ ਰੱਖਣਗੇ ਤੇ ਰੱਬੀ ਬੰਦੇ ਨੇ ਦੋਨਾਂ ਧਰਮਾਂ ਦੇ ਸਾਂਝੇ, ਇੱਕ ਉੱਪਰ ਹੱਥ ਰੱਖਣਗੇ ਤੇ ਫਿਰ ਇਹਦਾ ਮਤਲਬ ਹੈ ਇੱਕ ਮਜ਼ਬਤੀ ਉਹ ਬਾਂਹ ਫੜਨਗੇ ਤੇ ਅੱਗਿਓਂ ਕੀ ਹੋਵੇਗਾ। ਹੁਣ ਦੇਖੋ ਇੱਕ ਅਜੇ ਮਹਾਰਾਜ ਜੀ ਦਾ ਅਵਤਾਰ ਹੀ ਹੋਇਆ ਤੇ ਇੱਕ ਰੱਬੀ ਬੰਦਾ ਮਨ 'ਚ ਇੱਕ ਅਰਦਾਸ ਕਰੀ ਬੈਠਾ ਵੀ ਉਹ ਹੱਥ ਰੱਖਣਗੇ। ਹੁਣ ਜਿਹੜਾ ਗੋਦ ਵਿੱਚ ਸਤਸੰਗ ਜੀ ਬਾਲਕ ਹੈ, ਮਾਫ ਕਰਨਾ ਮਹਾਰਾਜ ਵਾਸਤੇ ਨਹੀਂ ਇਹ ਬਚਨ ਇਹ ਲਫ਼ਜ਼, ਗੁਰੂ ਸਾਹਿਬ ਜੀ ਉਮਰ ਦੇ ਬੰਧਨ ਵਿੱਚ ਕੈਦ ਨਹੀਂ ਹੁੰਦੇ, ਗੁਰੂ ਇੱਕ ਸ਼ਕਤੀ ਦਾ ਨਾਮ ਹੈ, ਪਰ ਕਿਉਂਕਿ ਗੱਲ ਕਰਨ ਲਈ ਬਚਨ ਵਰਤਣਾ ਪਿਆ। ਜਿਸ ਬੱਚੇ ਨੇ ਅਜੇ ਜਨਮ ਹੀ ਲਿਆ ਹੋਵੇ, ਥੋੜੇ ਦਿਨਾਂ ਦਾ ਹੋਵੇ, ਥੋੜੇ ਮਹੀਨਿਆਂ ਦਾ, ਉਹਦੇ ਤੋਂ ਆਪਾਂ ਇਹ ਆਸ ਅਰਦਾਸ ਕਰਕੇ ਰੱਖੀਏ ਵੀ ਜਦੋਂ ਮੈਂ ਉਹਨਾਂ ਦੇ ਸਾਹਮਣੇ ਜਾਵਾਂਗਾ ਤਾਂ ਦੋਨੋਂ ਹੱਥ ਆਪਣੇ ਕੁੱਜੀਆਂ ਤੇ ਰੱਖ ਦੇਣਗੇ। ਇਹ ਸਿਰਫ ਇੱਕ ਰੱਬ ਦਾ ਭਗਤੀ ਸਤਸੰਗ ਜੀ ਅਕੀਦਾ ਕਰ ਸਕਦਾ, ਸ਼ਾਇਦ ਆਪਣੇ ਵਰਗੇ ਲੋਕ ਨਹੀਂ, ਪਰ ਆਪਣੇ ਭਰੋਸੇ ਨੂੰ ਪੱਕਾ ਕਰਨ ਲਈ ਕਥਾ ਕੀਰਤਨ ਹੁੰਦਾ, ਇਸੇ ਲਈ ਸੰਗਤ ਕਰੀਦੀ ਹੈ। ਉਹਨਾਂ ਵਰਗਾ ਰੱਬ ਦੇ ਪਿਆਰਿਆਂ ਵਰਗਾ ਸਾਡਾ ਵੀ ਕਿਤੇ ਯਕੀਨ ਹੋ ਜਾਵੇ, ਸਾਡੇ ਵੀ ਬੇੜੇ ਤਰ ਜਾਣਗੇ। ਜਦੋਂ ਮਹਾਰਾਜ ਜੀ ਨੂੰ ਬਾਹਰ ਲਿਆਂਦਾ, ਸਾਈ ਨੇ ਧਰਤੀ ਤੇ ਸਿਰ ਲਾ ਕੇ ਮੱਥਾ ਟੇਕਿਆ, ਆਪਣੇ ਮਰੀਦ ਸਾਰੇ ਇਕੱਠੇ ਕਰ ਲਏ, ਕਹਿੰਦਾ ਆ ਜਾਓ ਭਾਈ ਆ ਕਰੋ ਮਹਾਰਾਜ ਦੇ ਦਰਸ਼ਨ ਤੇ ਆਉਂ। ਦੋਵੇਂ ਕੁੱਜੀਆਂ ਜਦੋਂ ਮਹਾਰਾਜ ਦੇ ਅੱਗੇ ਕੀਤੀਆਂ ਤੇ ਸਤਿਗੁਰੂ ਜੀ ਨੇ ਆਪਣੇ ਦੋਵੇਂ ਕਰ ਕਮਲ ਸਾਧ ਸੰਗਤ ਜੀ ਉਹਨਾਂ ਕੁੱਜੀਆਂ ਉੱਤੇ ਰੱਖ ਦਿੱਤੇ ਤੇ ਫਿਰ ਸਾਈ ਦੇ ਮਰੀਦਾਂ ਨੇ ਵੀ ਮੱਥਾ ਟੇਕ ਕੇ ਆਖਿਆ ਸਾਈ ਜੀ ਤੁਸੀਂ ਸੱਚ ਆਖਿਆ ਸੀ, ਇਹ ਵਾਕਿਆ ਦੋਨਾਂ ਦੇ ਇਹ ਧਰਮ ਦੀ ਵਲਗਣ ਵਿੱਚ ਨਹੀਂ, ਇਹ ਦੋਨਾਂ ਮਜ਼ਬਾਂ ਦੇ ਰਹਿਬਰ ਆ ਗਏ ਨੇ, ਵਾਕਿਆ ਖੁਦਾ ਦਾ ਰੂਪ ਨੇ, ਤਾਂ ਹੀ ਤੁਸੀਂ ਚੜ੍ਹਦੇ ਨੂੰ ਮੱਥਾ ਟੇਕਿਆ ਸੀ। ਇੱਥੋਂ ਸਤਸੰਗ ਜੀ ਆਪਾਂ ਯਤਨ ਕਰਾਂਗੇ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਦਾ, ਅਗਲਾ ਸਮਾਂ ਗੁਰਮੁਖ ਆਪ ਜੀ ਨੂੰ ਸਤਸੰਗ ਜੀ ਨੂੰ ਉਸ ਕਰਕੇ ਸੁਣਾਉਣਗੇ। ਸਾਡੇ ਤੋਂ ਹੋਈ ਭੁੱਲ ਚੁੱਕ ਦੀ ਤੁਸੀਂ ਸਾਰੀਆਂ ਸੰਗਤਾਂ ਨੇ ਖਿਮਾ ਬਖਸ਼ ਦੇਣੀ, ਸੋਭਾ ਆਪਾਂ ਗੁਰੂ ਸਾਹਿਬ ਜੀ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਹਨਾਂ ਦੇ ਗੁਣਾਂ ਦੀ ਕਰਨੀ ਹੈ। ਧਰਤੀ ਬਾਬਾ ਦੀਪ ਸਿੰਘ ਜੀ ਦੇ ਸਤਸੰਗ ਜੀ ਨਗਰ ਦੀ ਹੈ ਪਵਿੱਤਰ, ਜਿੱਥੇ ਐਡੀ ਮਹਾਨ ਆਤਮਾ ਨੇ ਜਨਮ ਲਿਆ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਸਮਾਂ ਬਣਾਉਣਾ, ਸੰਗਤ ਕਰਨੀ, ਇਹਨਾਂ ਸਮਾਗਮਾਂ ਦਾ ਲਾਹਾ ਪ੍ਰਾਪਤ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਸੰਤ ਬਾਬਾ ਬਲਦੇਵ ਸਿੰਘ ਜੀ ਦਾ ਫਿਰ ਤੋਂ ਇੱਕ ਵਾਰੀ ਬਹੁਤ ਧੰਨਵਾਦ, ਕਿਉਂਕਿ ਮੈਨੂੰ ਪਤਾ ਪੈਂਡਾ ਕਿੰਨਾ ਉਹਨਾਂ ਨੇ ਦੂਰ ਜਾਣਾ ਤੇ ਕਿੰਨੇ ਉਹਨਾਂ ਨੂੰ ਕੱਲ੍ਹ ਨੂੰ ਕੰਮ ਨੇ, ਕਿੱਡੀ ਵੱਡੀ ਜ਼ਿੰਮੇਵਾਰੀ ਹੈ, ਫਿਰ ਵੀ ਸਤਸੰਗ ਜੀ ਉਹਨਾਂ ਨੇ ਸਾਨੂੰ ਨਵਾਜਿਆ, ਇਸ ਲਈ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਆਪ ਸਾਰੀਆਂ ਸੰਗਤਾਂ ਦਾ, ਗੁਰੂ ਸਾਹਿਬ ਜੀ ਦਾ ਤੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ, ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ